Yanjana gurdiya yagyana der bina har kirpa te sant petya nanak man parga yahi kul te pragat ho tahi kul ko na द्वादश गुरिंड को मेरी है प्रणाम टहल कमाई रानी जो बिचारी ने देख के तरम सत ब्रह्मचारी ने पुण्यों बरत खुशी सो रखायो मंत्रों का पाठ विधि से करायो परम सत्कार योग हाजरीन साध संगत जी इस पावन पवित्र सचखंड दरबार की हाजरी भरते हुए दास की हाजरी प्रवान करन दे वास्ते सब माई भाई प्रेम सत्कार ना गज के आखो धन श्री सतगुरु राम सिंह आप वडभागे हो जो के दूर नेड़े तो इस गुरसिखी जीवन दा प्रेम ते प्यार दा सबूत देंदे हुए अपने सारे दुनियावी कारोबार दे कमां दा त्याग करदे हुए इस समय नूं इन्हां स्वासां नूं इस संसारक जीवन यात्रा नूं इन्हां कलयुग दीआं घोर भयानक घड़ियां नूं सफल करन दे वास्ते सतसंगत रूप च बैठ के सतसंगत दे दर्शन नाम सिमरन दी प्राप्ति सतगुरु जी दे हुक्म दे अनुसार इन्हां मनुखी मनां नूं ज्ञान दी प्राप्ति करके सफल होण दे वास्ते गुरबाणी गुरु उपदेश गुर इतिहास ते विचार करन दा सुभाग समां प्राप्त होया ऐ जिहड़ा कि आप जी नूं वड्डे भागां वाले आख्या जांदा है अथवा सारे दुनियावी कारोबार दे कम्मां दा त्याग करदे होए साध संगत सतगुरु दे जस इस नाम दे नाल प्रीत करदे होए हाजरियां भर रहे हो महात्मा तुलसीदास जी ने इन्हां बारे रामायण च इक जिक्र कीता साध संगत च जिनके दृग अंतर लाज बसी तिन अंजन रेख दई ना दई जिनकी जग में शुभ वास वदी तिन फूलन फेट कई ना कई जिन पंचन मार बिदार किए तिन तीर्थ भेट भई ना भई तुलसी जिन हर स्यों प्रीत करी तिन और स्यों प्रीत करी ना कई महात्मा तुलसीदास जी इस मनुखी मना नूं सा संगत सतगुर दे चरणा दे नाल जोड़न दे वास्ते कहिंदे ने जिन के दृग अंतर लाज बसी जिन्ना नेत्रां दे विच जिन्ना अखां दे विच लाज है शर्म है तिन अंजन रेख दई ना दई सतसंग च उन्हां अखां दे विच उन्हां नेत्रां दे विच कज्जल जां सुरमा पाओ जां ना पाओ ओह बगैर ही कज्जल ते सुरमे तों ओह नेत्र अखां सुभाए मान ने सतसंग जे कज्जल पांदे हो सुरमे दी वरतों करदे हो उन्हां अखां च लाज कोई नहीं सतसंग च शर्म कोई नहीं गुरु दे प्यारे किसी भी काम नहीं सास किसी भी काम नहीं जिन पंचन मार बिदार किए जिन्हां ने काम क्रोध लोभ मोह अहंकार नूं कंट्रोल कर लिया सास संगत च
ਕਾਮ ਕ੍ਰੋਧ ਲੋਭ ਹੰਕਾਰ ਇਹਨਾਂ ਕੱਢ ਵਜੂਦੋਂ ਬਾਹਰ ਇਹਨਾਂ ਛੱਡਣਾ ਬੋਤ ਫਕਰਾ ਆਪ ਅੱਲਾ ਹੋ ਸਾ ਸਿੰਘ ਜੀ ਇਸ ਦੇਹੀ ਅੰਦਰ ਪੰਚ ਚੋਰ ਬਸੈ ਕਾਮ ਕ੍ਰੋਧ ਲੋਭ ਅਹੰਕਾਰਾ ਅੰਮ੍ਰਿਤ ਲੁੱਟੈ ਮਨ ਮੁਖਣੀ ਬੂਝੈ ਤੇ ਕੋਈ ਨਾ ਸੁਣੈ ਪੁਕਾਰਾ ਜਿਹੜੇ ਅੰਮ੍ਰਿਤ ਉਪੀ ਗੁਣ ਨੇ ਨਾ ਉਹ ਲੁੱਟਦੇ ਨੇ ਪੇ ਸਾ ਸਿੰਘ ਜੀ ਪਰ ਐਸੀ ਭਗਵਾਨ ਦੀ ਮਾਇਆ ਗਲਬ ਹੋ ਗਈ ਹੈ ਮਨੁੱਖ ਸਮਝਦੇ ਨੀ ਪੇ ਸਾ ਸਿੰਘ ਜੀ ਪਰਵਾਹ ਹੀ ਨੀ ਕਰਦਾ ਪੈ ਗੁਰਦੇਵ ਦਾ ਮਹਾਤਮਾ ਤੁਲਸੀਦਾਸ ਜੀ ਕਹਿੰਦੇ ਨੇ ਜਿਨ ਪੰਚਨ ਮਾਰ ਵਿਧਾਰ ਕੀਏ ਜਿਨ੍ਹਾਂ ਨੇ ਆਪਣੇ ਪੰਜਾਂ ਨੂੰ ਕੰਟਰੋਲ ਚ ਕਰ ਲਿਆ ਹੈ ਜਿਨ੍ਹਾਂ ਨੇ ਆਪਣੀਆਂ ਵਾਸ਼ਨ ਨੂੰ ਕੰਟਰੋਲ ਚ ਕਰ ਲਿਆ ਹੈ ਸੱਜਣੋ ਉਹ ਭਾਵੇਂ ਤੀਰਥ ਯਾਤਰਾ ਕਰਨ ਤੇ ਭਾਵੇਂ ਨਾ ਕਰਨ ਬਗੈਰ ਹੀ ਤੀਰਥ ਯਾਤਰਾ ਤੋਂ ਪ੍ਰਵਾਹ ਨੇ ਸਾਧ ਸੰਗਤ ਚ ਤੇ ਜੇ ਬੜੀ ਤੀਰਥ ਯਾਤਰਾ ਕਰਦੇ ਨੇ ਬੜਾ ਯਾਦ ਮਨੁੱਖ ਕਲਪਨਾ ਭਟਕਣ ਕਰੀ ਜਾਂਦਾ ਪਿਆ ਸਾਧ ਸੰਗਤ ਚ ਮਨ ਨੂੰ ਇੰਦਰੀ ਕੰਟਰੋਲ ਨਹੀਂ ਕਰਦਾ ਕਿਸੇ ਵੀ ਕੰਮ ਨੀ ਸਾਧ ਸੰਗਤ ਚ ਕਿਸੇ ਵੀ ਕੰਮ ਨੀ ਜਿਨ ਕੀ ਜੱਗ ਮੈਂ ਸ਼ੁਭ ਵਾਸ ਵਧੀ ਮਹਾਤਮਾ ਕਹਿੰਦੇ ਨੇ ਜਿਨ੍ਹਾਂ ਦੀ ਸੰਸਾਰ ਚ ਖੁਸ਼ਬੂ ਜਸ ਫੈਲ ਗਿਆ ਸੰਸਾਰ ਤੇ ਸਾਧ ਸੰਗਤ ਚ ਲੋਕੀ ਜਸ ਪੇ ਕਰਦੇ ਨੇ ਸਿਫਤ ਪੇ ਕਰਦੇ ਨੇ ਉਹ ਭਾਵੇਂ ਮੰਦਰਾਂ ਮਸੀਤਾਂ ਧਾਰਮਿਕ ਸਥਾਨਾਂ ਤੇ ਜਾ ਕੇ ਫੁੱਲਾਂ ਦੀ ਭੇਟਾ ਕਰਨ ਤੇ ਭਾਵੇਂ ਨਾ ਕਰਨ ਉਹ ਬਗੈਰ ਹੀ ਫੁੱਲਾਂ ਦੀ ਭੇਟਾ ਤੋਂ ਸਾਧ ਸੰਗਤ ਜੀ ਪ੍ਰਵਾਨ ਨਹੀਂ ਕਰਨੇ ਪੁੱਛ ਸਾਧ ਸੰਗਤ ਜੀ ਜਿਹਨਾਂ ਦਾ ਸੰਸਾਰ ਤੇ ਜਸ ਹੁੰਦਾ ਪਿਆ ਗੁਰੂ ਦੇ ਪਿਆ ਸੰਸਾਰ ਤੇ ਸਿਫਤ ਹੁੰਦੀ ਪਈ ਸਾਧ ਸੰਗਤ ਚ ਤੁਲਸੀ ਜਿਨ ਹਰ ਸਿਉ ਪ੍ਰੀਤ ਕਰੀ ਮਹਾਤਮਾ ਕਹਿੰਦੇ ਨੇ ਭਾਈ ਸੱਜਣੋ ਜਿਨ੍ਹਾਂ ਨੇ ਉਸ ਭਗਵਾਨ ਦੇ ਨਾਲ ਨਿਰੰਕਾਰ ਦੇ ਨਾਲ ਖੁਦਾ ਦੇ ਨਾਲ ਪ੍ਰਮਾਤਮਾ ਨਾਲ ਪ੍ਰੀਤ ਕੀਤੀ ਹੈ ਉਹ ਭਾਵੇਂ ਹੋਰ ਸੰਸਾਰ ਦੇ ਪਦਾਰਥਾਂ ਨਾਲ ਪਿਆਰ ਕਰਨ ਪ੍ਰੀਤੀ ਕਰਨ ਜਾਂ ਨਾ ਕਰਨ ਉਸ ਭਗਵਾਨ ਦੇ ਪਿਆਰ ਦੇ ਵਿੱਚ ਪ੍ਰਮਾਤਮਾ ਦੇ ਪ੍ਰੇਮ ਚ ਸਾਰੀਆਂ ਪ੍ਰੀਤਾਂ ਆ ਜਾਂਦੀਆਂ ਨੇ ਸਾਧ ਸੰਗਤ ਚ ਤੇ ਜੇ ਭਗਵਾਨ ਨੂੰ ਛੱਡ ਕੇ ਸੰਸਾਰ ਦੇ ਲੋਕਾਂ ਨੇ ਪ੍ਰੀਤੀ ਕਰਦੇ ਉਹ ਕਿਸੇ ਵੀ ਕੰਮ ਨਹੀਂ ਗੁਰੂ ਦੇ ਪਿਆਰੇ ਕਿਸੇ ਵੀ ਕੰਮ ਨਹੀਂ ਸਾਧ ਸੰਗਤ ਚ ਇਸ ਵਾਸਤੇ ਇਹ ਜਿਹੜਾ ਤੁਸੀਂ ਸਤਿਗੁਰ ਦਾ ਜਸ ਸਾਧ ਸੰਗਤ ਨਾਮ ਨਾਲ ਪ੍ਰੇਮ ਤੇ ਪਿਆਰ ਤੇ ਪ੍ਰੀਤੀ ਕਰ ਦੋ ਵਿੱਚ ਸਾਰੀਆਂ ਪ੍ਰੀਤਾਂ ਸ਼ਾਮਿਲ ਹੋ ਜਾਂਦੀਆਂ ਸਾਧ ਸੰਗਤ ਸਾਰੀ ਵਿੱਚ ਆ ਗਈ ਗੁਰੂ ਦੇ ਪਿਆਰਿਓ ਤੇ ਜੇ ਨਾਮ ਦੇ ਨਾਲ ਸਾਧ ਸੰਗਤ ਦੇ ਨਾਲ ਸਤਿਗੁਰ ਦੇ ਚਰਨ ਪਿਆਰ ਤੇ ਪ੍ਰੇਮ ਨਹੀਂ ਕਰਦੇ ਤੇ ਹੋਰ ਕਈ ਤਰ੍ਹਾਂ ਤਰ੍ਹਾਂ ਦੀਆਂ ਪ੍ਰੀਤੀਆਂ ਤੁਸੀਂ ਕਰਦੇ ਹੋ ਕਿਸੇ ਵੀ ਕੰਮ ਨਹੀਂ ਸਾਧ ਸੰਗਤ ਚ ਇਹਨਾਂ ਵਾਕਾਂ ਦੇ ਅਨੁਸਾਰ ਆਪ ਜੀ ਨੂੰ ਵੱਡੇ ਭਾਗਾਂ ਵਾਲੇ ਆਖਿਆ ਜਾਂਦਾ ਹੈ ਜਿਹੜੇ ਕਿ ਸਤਿਗੁਰ ਦੇ ਚਰਨ ਨਾਲ ਪ੍ਰੀਤੀ ਤੇ ਪਿਆਰ ਕਰਦੇ ਹੋਏ ਸਾਰੇ ਦੁਨਿਆਵੀ ਕਾਰੋਬਾਰ ਦੇ ਕੰਮਾਂ ਦਾ ਤਿਆਗ ਕਰਦੇ ਹੋਏ ਆ ਕੇ ਹਾਜ਼ਰੀਆਂ ਭਰਦੇ ਹੋ ਜੋੜੋ ਮਨਾਂ ਨੂੰ ਲੜੀਵਾਰ ਗੋਰ ਇਤਿਹਾਸ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ ਆਪ ਰਸਨਾ ਕਰਕੇ ਗੁਰ ਸਿਮਰਨ ਕਰੋ ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ ਟਹਿਲ ਕੁਮਾਈ ਰਾਣੀ ਜੋ ਵਿਚਾਰੀ ਨੇ ਆਪ ਇਤਿਹਾਸ ਨੂੰ ਸਰਵਣ ਕਰਦੇ ਆ ਰਹੇ ਹੋ ਰਾਜਾ ਹਰੀ ਚੰਦ ਆਪਣਾ ਸਾਥ ਆਪਣੇ ਧਰਮ ਦੀ ਪਾਲਣਾ ਕਰਦਾ ਕਰਦਾ ਆਪਣੇ ਬਚਨ ਦੀ ਪਾਲਣਾ ਕਰਦਾ ਕਰਦਾ ਵਿਸ਼ਵਾ ਰੂਪੀ ਜਿਹੜਾ ਕਿ ਪੰਡਿਤ ਹੈ ਭਿਖਾਰੀ ਹੈ ਮੰਗਤਾ ਹੈ ਉਸਨੇ ਆਪਣੇ ਛਲ ਚ ਲੈ ਲਿਆ ਸਾਧ ਸੰਗਤ ਚ ਆਪਣੇ ਛਲ ਆਪਣੇ ਕਪਟ ਨੂੰ ਪੂਰਾ ਕਰਦਾ ਕਰਦਾ ਇਹਨਾਂ ਨੂੰ ਤਿੰਨ ਭਾਰ ਸੋਨਾ ਪ੍ਰਾਪਤ ਕਰਨ ਦੇ ਵਾਸਤੇ ਜਾ ਕੇ ਬਨਾਰਸ ਕਾਂਸ਼ੀ ਦੀ ਮੰਡੀ ਚ ਖਿਲਾਰ ਦਿੱਤਾ ਸਾਧ ਸੰਗਤ ਚ ਹੁਣ ਪਸ਼ੂ ਵਾਂਗ ਮੁੱਲ ਪੈਂਦਾ ਪਿਆ ਸਾਧ ਸੰਗਤ ਚ ਕੋਈ ਖਰੀਦੋ ਗੁਰੂ ਦੇ ਪਿਆਰੇ ਜਿਹੜਾ ਕਿ ਰਾਜਾ ਉਸ ਨੂੰ ਕਾਲੀਏ ਚੰਡਾਲ ਨੇ ਖਰੀਦ ਲਿਆ ਹੈ ਕੀ ਡਿਊਟੀ ਲਾਈ ਹੈ ਆਪ ਸਰਵਣ ਕਰ ਚੁੱਕੇ ਹੋ ਸਾਧ ਸੰਗਤ ਚ ਜਿਹੜੀ ਕਿ ਤਾਰਾ ਰਾਣੀ ਹੈ ਔਰ ਉਹਦਾ ਪੁੱਤਰ ਸੁਪੁੱਤਰ ਰੋਹਤਾਸ ਹੈ ਉਸ ਨੂੰ ਇੱਕ ਬ੍ਰਹਮਚਾਰੀ ਹੈ ਉਸਨੇ ਖਰੀਦ ਲਿਆ ਸਾਧ ਸੰਗਤ ਚ ਉਹ ਬ੍ਰਹਮਚਾਰੀ ਆਪਣੇ ਆਸ਼ਰਮ ਤੇ ਲੈ ਗਿਆ ਉਸ ਆਪਣੇ ਆਸ਼ਰਮ ਤੇ ਜਾ ਕੇ ਜੋ ਜੋ ਉਸ ਬ੍ਰਹਮਚਾਰੀ ਨੇ ਆਪਣੇ ਆਸ਼ਰਮ ਦੀ ਸੇਵਾ ਕਰਨ ਦੇ ਵਾਸਤੇ ਉਹਨੂੰ ਸੇਵਾ ਬਖਸ਼ਿਸ਼ ਕਰ ਦਿੱਤੀ ਹੈ ਉਹਦੀ ਡਿਊਟੀ ਲਾ ਦਿੱਤੀ ਹੈ ਉਹ ਤਾਰਾ ਰਾਣੀ ਜਿਹੜੀ ਹੈ ਨਾ ਉਹ ਸੇਵਾ ਕਰ ਰਹੀ ਹੈ ਦੇਖ ਕੇ ਧਰਮ ਸਤ ਬ੍ਰਹਮਚਾਰੀ ਨੇ ਜਦੋਂ ਉਸ ਬੱਚੀ ਦਾ ਕਰਮ ਧਰਮ ਸੇਵਾ ਵੇਖਿਆ ਸਾਧੂ ਬੜਾ ਪ੍ਰਸੰਨ ਹੋਇਆ ਸਾਧ ਸੰਗਤ ਚ ਬ੍ਰਹਮਚਾਰੀ ਬੜਾ ਪ੍ਰਸੰਨ ਹੋਇਆ ਉਹ ਬ੍ਰਹਮਚਾਰੀ ਉਹ ਮਹਾਤਮਾ ਸਾਧੂ ਉਸ ਆਪਣੀ ਬੱਚੀ ਦਾ ਇਸ ਬੱਚੀ ਦਾ ਜਾਤ ਸਾਤ ਕਰਮ ਤਰਮ ਵੇਖ ਕੇ ਇੰਨਾ ਪ੍ਰਸੰਨ ਹੋਇਆ ਇੰਨਾ ਖੁਸ਼ ਹੋਇਆ ਇਹਦੇ ਤੇ ਉਨਿਓ ਬਰਤ ਖੁਸ਼ੀ ਸੂਰ ਖਾਇਓ ਇਹ ਦਾਸ ਪ੍ਰਾਰਥਨਾ ਕਰ ਆਇਆ ਭੀ ਸਤ ਯੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ ਸਾਧ ਸੰਗਤ ਚ ਸਮੇਂ ਸਮੇਂ ਦੇ ਅਨੁਸਾਰ ਯੁਗਾਂ ਯੁਗਾਂ ਦੀ ਤਬਦੀਲੀ ਦੇ ਅਨੁਸਾਰ
ਸਾਧੂ ਮਹਾਤਮਾ ਗੁਰੂ ਪੀਰ ਆਪਣੀ ਰੂਹਾਨੀਅਤ ਦੇ ਨਾਲ ਸੰਸਾਰ ਦੇ ਲੋਕਾਂ ਦਾ ਭਲਾ ਕਰਦੇ ਕਰਦੇ ਮਰਿਆਦਾ ਚ ਤਬਦੀਲੀ ਕਰਦੇ ਆਏ ਸਾਧ ਸੰਗਤ ਚ। ਇਸ ਵਾਸਤੇ ਉਹ ਸਮੇਂ ਦੇ ਉੱਤੇ ਇਸ ਵਰਤ ਨੂੰ ਮਾਨਤਾ ਦਿੱਤੀ ਜਾਂਦੀ ਸੀ ਸਾਧ ਸੰਗਤ ਚ। ਉਸ ਵਰਤ ਦਾ ਇਸ ਬ੍ਰਹਮਚਾਰੀ ਨੇ ਬੜੇ ਸਤਿਕਾਰ ਦੇ ਨਾਲ ਵਿਧੀ ਦੇ ਨਾਲ ਸਾਧ ਸੰਗਤ ਚ ਮਰਿਆਦਾ ਦੇ ਨਾਲ ਗੁਰੂ ਦੇ ਪਿਆਰੇ ਇਹਦੇ ਕੋਲੋਂ ਆਪਣਾ ਜਾਪ ਤਪ ਭਾਵ ਜੰਤਰ ਮੰਤਰ ਕਰਵਾਣੇ ਸ਼ੁਰੂ ਕਰ ਦਿੱਤੇ। ਮੰਤਰੋਂ ਕਾ ਪਾਠ ਵਿਧੀ ਸੇ ਕਰਾਇਓ, ਕਿਉਂਕਿ ਵਿਧੀ ਮਰਿਆਦਾ ਮਰਜ ਕੀਤੀ ਸੀ। ਇਹ ਨੀ ਵੀ ਸਤਿਗੁਰੂ ਰਾਮ ਸਿੰਘ ਨੇ ਮਰਿਆਦਾ ਬਣਾਈ ਹੈ ਸਾਧ ਸੰਗਤ ਚ, ਇਹ ਜਦੋਂ ਤੋਂ ਲੈ ਕੇ ਉਸ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ ਉਦੋਂ ਤੋਂ ਲੈ ਕੇ ਲਾਗੂ ਕਰ ਦਿੱਤੀ ਸਾਧ ਸੰਗਤ ਚ। ਜਦੋਂ ਰਾਕਸ਼ ਬੁੱਧੀ ਲੋਕਾਂ ਦਾ ਜ਼ੋਰ ਪੈ ਗਿਆ ਮਰਿਆਦਾ ਖਤਮ ਹੋ ਗਈਆਂ, ਜਦੋਂ ਦੇਵਤਾ ਬੁੱਧੀ ਲੋਕਾਂ ਦਾ ਜ਼ੋਰ ਪਿਆ ਮਰਿਆਦਾ ਲਾਗੂ ਹੋ ਗਈਆਂ। ਇਸ ਵਾਸਤੇ ਬੜੀ ਵਿਧੀ ਦੇ ਨਾਲ ਤੇ ਬੜੇ ਢੰਗ ਦੇ ਨਾਲ ਇਹ ਬ੍ਰਹਮਚਾਰੀ ਇਹਦੇ ਕੋਲ ਜਾਪ ਤਪ ਕਰਵਾਉਣ ਲੱਗਾ। ਕਿਉਂ ਕਹਿੰਦੇ ਨੇ, ਭੋਜਨ ਕੇ ਖਾਏ ਬਿਨਾਂ ਭੁੱਖ ਨਹੀਂ ਦੂਰ ਹੋਤ, ਪਿਆਸ ਨਹੀਂ ਦੂਰ ਹੋਤ, ਪੀਏ ਬਿਨ ਪਾਣੀ ਕੇ, ਚੜੇ ਬਿਨ ਸੂਰਜ ਕੇ ਤਿਮਰ ਨਹੀਂ ਦੂਰ ਹੋਤ, ਦਾਰਦ ਨਹੀਂ ਦੂਰ ਹੋਤ, ਦੀਏ ਬਿਨ ਦਾਨੀ ਕੇ। ਸ਼ਾਸਤਰ ਦਾ ਮੱਤ ਹੈ ਸਾਧ ਸੰਗਤ ਚ। ਕਹਿੰਦੇ ਨੇ ਭੋਜਨ ਕੇ ਖਾਏ ਬਿਨਾਂ ਭੁੱਖ ਨਹੀਂ ਦੂਰ ਹੋਤ, ਕਥਾ ਕੀਰਤਨ ਸਤਸੰਗ ਨਾਮ ਬੜਾ ਹੀ ਮਿੱਠਾ ਹੈ ਸਾਧ ਸੰਗਤ ਚ, ਪਰ ਇਹਨਾਂ ਕਰਦਾ ਕਰਦਾ ਪੇਟ ਫਿਰ ਖਾਣ ਨੂੰ ਮੰਗ ਲੈਂਦਾ ਸਾਧ ਸੰਗਤ ਚ। ਇਹਦੀ ਨੀ ਵੀ ਕਥਾ ਸੁਣੀਏ ਤੇ ਫਿਰ ਭੁੱਖ ਨੀ ਲੱਗੇਗੀ, ਕੀਰਤਨ ਕਰੀਏ ਤੇ ਭੁੱਖ ਨੀ ਲੱਗੇਗੀ, ਫਿਰ ਹੀ ਪੇਟ ਮੰਗ ਲੈਂਦਾ। ਇਸ ਵਜ੍ਹਾ ਨੇ ਆਪਾਂ ਭੋਜਨ ਛੱਕ ਨੀ ਲੈਂਦਾ, ਛੱਕ ਨੀ ਲੈਂਦੇ, ਕਦੇ ਤ੍ਰਿਪਤੀ ਨਹੀਂ ਹੋਣੀ ਸਾਧ ਸੰਗਤ ਚ। ਕਹਿੰਦੇ ਨੇ ਭੋਜਨ ਕੇ ਖਾਏ ਬਿਨਾਂ ਭੁੱਖ ਨਹੀਂ ਦੂਰ ਹੋਤ, ਪਿਆਸ ਨਹੀਂ ਦੂਰ ਹੋਤ, ਪੀਏ ਬਿਨ ਪਾਣੀ ਕੇ। ਦੁੱਧ ਅੰਮ੍ਰਿਤ ਹੈ, ਫਲਾਂ ਦੇ ਜੂਸ ਅੰਮ੍ਰਿਤ ਹਨ, ਪਰ ਪਾਣੀ ਦੀ ਫਿਰ ਵੀ ਜ਼ਰੂਰਤ ਪੈਂਦੀ ਹੈ ਸਾਧ ਸੰਗਤ ਚ, ਇਹਦੇ ਬਿਨਾਂ ਤ੍ਰਿਪਤ ਨਹੀਂ ਆਏਗਾ ਗੁਰੂ ਦੇ ਪਿਆਰੇ। ਕਹਿੰਦੇ ਨੇ ਭੋਜਨ ਕੇ ਖਾਏ ਬਿਨਾਂ ਭੁੱਖ ਨਹੀਂ ਦੂਰ ਹੋਤ, ਪਿਆਸ ਨਹੀਂ ਦੂਰ ਹੋਤ, ਪੀਏ ਬਿਨ ਪਾਣੀ ਕੇ, ਚੜੇ ਬਿਨ ਸੂਰਜ ਕੇ ਤਿਮਰ ਨਹੀਂ ਦੂਰ ਹੋਤ। ਜਿੰਨਾ ਚਿਰ ਸੂਰਜ ਨਹੀਂ ਚੜ ਜਾਂਦਾ ਉਹਨਾਂ ਚਿਰ ਸਾਰੇ ਸੰਸਾਰ ਚੋਂ ਅੰਧੇਰਾ ਦੂਰ ਨਹੀਂ ਕਦੇ ਹੋ ਸਕਣਾ ਸਾਧ ਸੰਗਤ ਚ। ਤੇ ਦਰਦ ਨਹੀਂ ਦੂਰ ਹੋਤ, ਦੀਏ ਬਿਨ ਦਾਨੀ ਕੇ। ਜਦੋਂ ਕੋਈ ਦੁੱਖ ਬਣ ਜੇ, ਜਦੋਂ ਕੋਈ ਮੁਸੀਬਤ ਬਣ ਜੇ, ਜਦੋਂ ਕੋਈ ਭੈੜੇ ਦਿਨ ਬਣ ਜਾਣ, ਫਿਰ ਜਪ ਤਪ ਕਰਿਆ ਕਰੋ ਸਾਧ ਸੰਗਤ ਚ। ਬਸ ਸਾਧਨਾ ਗੁਰੂ ਦੇ ਪਿਆਰੇ। ਉਸ ਗਰੀਬੀ ਨੇ, ਉਸ ਮੁਸੀਬਤ ਨੇ, ਉਸ ਭੈੜੇ ਸਮੇਂ ਨੇ, ਭਾਵ ਜਿੰਨਾ ਤੁਸੀਂ ਕੋਈ ਜਾਪ ਤਾਪ ਕਰਮ ਧਰਮ ਪਾਠ ਪੂਜਾ ਨਹੀਂ ਕਰਦੇ, ਉਹ ਕਦੇ ਸਮੇਂ ਨੇ ਮੁਸੀਬਤ ਸਮੇਂ ਨੇ ਦੂਰ ਨਹੀਂ ਹੋਣਾ ਗੁਰੂ ਦੇ ਪਿਆਰੇ। ਇਹਨਾਂ ਵਾਕਾਂ ਦੇ ਅਨੁਸਾਰ ਜਿਹੜਾ ਮਹਾਤਮਾ ਬ੍ਰਹਮਚਾਰੀ ਸੀ, ਇਸ ਬਣੀ ਬੱਚੀ ਤੇ ਤਾਰਾ ਰਾਣੀ ਤੇ ਮੁਸੀਬਤ ਬਣੀ, ਉਹਨੂੰ ਟਾਲਣ ਦੇ ਵਾਸਤੇ ਸਜਣੋ, ਉਹ ਮੁਸੀਬਤ ਦੇ ਦਿਨ ਪੂਰੀ ਦੂਰ ਕਰਨ ਦੇ ਵਾਸਤੇ ਫਿਰ ਕੀ ਕਰਦਾ, ਉਹਦੇ ਕੋਈ ਜਾਪ ਤਪ ਕਰਵਾ ਰਿਹਾ ਹੈ। ਤਿੰਨ ਬਰਸ ਬੜੋ ਕਾਲ ਕਾਲਿਓ, 3 ਸਾਲ ਇਸ ਦਿਨ ਲੰਘੇ ਸਾਧ ਸੰਗਤ ਚ ਲਗਾਤਾਰ ਗੁਰੂ ਦੇ ਪਰ 3 ਸਾਲ ਬਤੀਤ ਹੋ ਗਏ। ਧਰਮ ਪਤ ਬਰਤਾ ਰਾਣੀ ਸੋ ਪਾਲਿਓ, ਇਸ ਰਾਣੀ ਨੇ ਕੀ ਕੀਤਾ, ਆਪਣੇ ਪਤੀ ਬਰ ਧਰਮ ਦੀ ਪਾਲਣਾ ਕੀਤੀ ਸਾਧ ਸੰਗਤ ਚ, ਆਪਣੇ ਪਤੀ ਬਰ ਧਰਮ ਸੀ ਨਾ ਉਹਦੀ ਪਾਲਣਾ ਕੀਤੀ। ਕਿਉਂ, ਇਹ ਤੇ ਬੜੇ ਤੁਹਾਡੇ ਇਤਿਹਾਸ ਭਰੇ ਪਏ ਨੇ ਸਾਧ ਸੰਗਤ ਚ, ਬੜੇ ਇਤਿਹਾਸ ਭਰੇ ਪਏ ਨੇ ਗੁਰੂ ਦੇ ਪਿਆਰੇ। ਆ ਜਿਹੜਾ ਤੁਸੀਂ ਸ੍ਰੀ ਅੰਮ੍ਰਿਤਸਰ ਦਾ ਪਾਵਨ ਪਵਿੱਤਰ ਸਥਾਨ ਹੈ, ਇਹ ਭਾਵੇਂ ਸਤਯੁਗ ਦਾ ਸਥਾਨ ਹੈ ਸਾਧ ਸੰਗਤ ਚ, ਸਤਯੁਗ ਦੇ ਵੇਲੇ ਦਾ ਗੁਰੂ ਦੇ ਪਿਆਰੇ। ਜਦੋਂ ਤੁਸੀਂ ਆਪਣੇ ਪਿਛੋਕੜ ਨੂੰ ਪੜ੍ਹੋ ਸੁਣੋਗੇ, ਇਹ ਜਿਹੜਾ ਨਾ ਹਰਿਮੰਦਰ ਸਾਹਿਬ ਜੀ ਦਾ ਇਹ ਸਰੋਵਰ ਜਿਹਨੂੰ ਤੁਸੀਂ ਤਲਾਅ ਕਹਿੰਦੇ ਹੋ, ਇਹ ਰਾਜੇ ਇਖਵਾਕ ਨੇ ਇੱਥੇ ਹਮਣ ਕੀਤਾ ਸੀ ਸਾਧ ਸੰਗਤ ਚ, ਇਹ ਹਮਣ ਕੁੰਡ ਬਣਾਇਆ ਸੀ ਗੁਰੂ ਦੇ ਪਿਆਰੇ। ਜਿਵੇਂ ਦਸਮੇਸ਼ ਪਾਤਸ਼ਾਹ ਜੀ ਨੇ ਨੈਣਾ ਦੇਵੀ ਪਹਾੜ ਦੇ ਉੱਤੇ ਹਮਣ ਕੀਤਾ ਨਾ, ਇਸੇ ਤਰ੍ਹਾਂ ਰਾਜੇ ਇਖਵਾਕ ਨੇ ਇੱਥੇ ਇਹ ਹਮਣ ਕੁੰਡ ਬਣਾਇਆ ਸੀ, ਕਿਵੇਂ ਨੂੰ ਧਰਤੀ ਦਾ ਜੰਤਰ ਕਹਿੰਦੇ ਨੇ ਸਾਧ ਸੰਗਤ ਚ। ਇਹ ਜਿਹੜਾ ਆਪਾਂ ਦਾਬੜਾ ਰੱਖ ਕੇ ਜਾਂ ਕੋਈ ਹੋਰ ਸਾਧਨ ਰੱਖ ਕੇ ਕਰ ਲੈਂਦੇ ਹਾਂ ਨਾ, ਇਹ ਆਪਾਂ ਸਮੇਂ ਦੀ ਮੁੱਠੀ ਚ ਆ ਗਏ ਹਾਂ ਸਾਧ ਸੰਗਤ ਚ, ਜਾਇਜ਼ ਨਹੀਂ ਉਹ, ਇਹਦਾ ਧਰਤੀ ਨਾਲ ਸੰਬੰਧ ਹੈ ਸਾਧ ਸੰਗਤ ਚ। ਇਸ ਵਾਸਤੇ ਰਾਜੇ ਇਖਵਾਕ ਨੇ ਜਦੋਂ ਇਹ ਗੁਰੂ ਦੇ ਪਿਆਰੇ ਇੱਥੇ ਹਮਣ ਕੀਤਾ ਨਾ, ਜਿਹੜੇ ਕਿ ਆਕਾਸ਼ਾਂ ਦੇ ਦੇਵੀ ਦੇਵਤੇ ਉਹ ਵੀ ਆ ਕੇ ਹਮਣ ਚ ਆ ਕੇ ਹਾਜ਼ਰੀ ਭਰੀ ਜਾ ਕੇ ਉਹਨਾਂ ਸਾਧ ਸੰਗਤ ਚ। ਇਸੇ ਤਰ੍ਹਾਂ ਸਾਜੁਗ ਤੋਂ ਇਹ ਸਥਾਨ ਇਹ ਸ਼ੁਰੂ ਹੋਇਆ, ਇਹ ਸਰੋਵਰ ਸ਼ੁਰੂ ਹੋਇਆ, ਇਹਦੀ ਮਾਨਤਾ ਸ਼ੁਰੂ ਹੋ ਗਈ। ਕਦੋਂ, ਜਦੋਂ ਇਹ ਦੈਂਤ ਬੁੱਧੀ ਲੋਕਾਂ ਦਾ ਜ਼ੋਰ ਪੈ ਗਿਆ, ਇਹ ਕਈ ਵਾਰੀ ਖਤਮ ਹੋ ਗਿਆ ਸਾਧ ਸੰਗਤ ਚ। ਇਸੇ ਤਰ੍ਹਾਂ ਕਰਦੇ 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 ਕਲਯੁਗ ਦੇ ਵਿੱਚ ਫਿਰ ਇਹਦੀ ਮਾਨਤਾ ਖਤਮ ਹੋ ਗਈ ਸਾਧ ਸੰਗਤ ਚ, ਅਲੋਪ ਹੋ ਗਿਆ ਗੁਰੂ ਦੇ ਪਿਆਰੇ।
ਕਹਿੰਦੇ ਨੇ ਪੱਟੀ ਦਾ ਰਾਜਾ ਸੀ ਸਾਧ ਸਿੰਘ ਜੀ, ਸ਼ਾਹੂਕਾਰ ਸੀ ਗੁਰੂ ਦੇ ਪਿਆਰੇ, ਉਹਦੀਆਂ 7 ਕੰਨਿਆ ਸਨ। ਇੱਕ ਦਿਨ ਪੁੱਛਦਾ ਤੁਸੀਂ ਕਿਹਦਾ ਦਿੱਤਾ ਖਾਂਦੀਆਂ? ਉਹ ਸਾਰੀਆਂ ਕਹਿਣ ਲੱਗੇ ਜੀ ਆਪ ਦਾ ਦਿੱਤਾ ਖਾਂਦੀ ਆ। ਇੱਕ ਛੋਟੀ ਸੀ ਜਿਹਦਾ ਨਾਂ ਰਜਨੀ ਸੀ, ਉਹ ਕਹਿੰਦੀ ਹੈ ਇਹ ਪਿਤਾ ਜੀ ਗੁਰਬਾਣੀ ਕਹਿੰਦੀ ਹੈ ਪਈ, ਧਰਮ ਗ੍ਰੰਥ ਕਹਿੰਦੇ ਨੇ ਪਏ ਪਹਿਲਾਂ ਬਣੀ ਪ੍ਰਲਬਧ ਤੇ ਪਾਤਸ਼ਾਹ ਬਣਿਓ ਸਰੀਰ। ਤੁਸੀਂ ਬਾਤ ਅਸਚਰਜ ਹੈ ਮਾਨਾ ਬੰਦ ਹੈ ਤੀਰ, ਇਹ ਪਿਤਾ ਜੀ ਇਹ ਧਰਮ ਗ੍ਰੰਥ ਕਹਿੰਦੇ ਨੇ ਪਏ ਪਹਿਲਾਂ ਦੇ ਤੈ ਜੰਤਿਓ ਪਾਹਾ ਪਿੱਛੋਂ ਦੇ ਤੈ ਰਿਜਕ ਸੰਭਾਹਾ। ਗੁਰਬਾਣੀ ਇਹ ਗੱਲ ਕਹਿੰਦੀ ਪਿਸਾ ਸਿੰਘ ਚ, ਇਹ ਰਿਜਕ ਜਿਹੜਾ ਪਹਿਲਾਂ ਪੈਦਾ ਕੀਤਾ ਜੰਤ ਨੂੰ ਜੀ ਨੂੰ ਪਿੱਛੋਂ ਪੈਦਾ ਕੀਤਾ ਸਾਧ ਸਿੰਘ ਚ, ਇਸ ਵਾਸਤੇ ਪਾਲਣ ਵਾਲਾ ਸਾਰਿਆਂ ਨੂੰ ਭਗਵਾਨ ਹੈ ਸਾਧ ਸਿੰਘ ਚ। ਮਨ ਚ ਤੈਸ਼ ਆ ਗਿਆ, ਇਹਨੇ ਇੱਕ ਲੂਲਾ ਲੰਗੜਾ ਪਿੰਗਲਾ ਆਖਿਆ ਆਪਣੇ ਦੂਤਾਂ ਨੂੰ, ਆਪਣੇ ਨੌਕਰਾਂ ਨੂੰ ਆਖਿਆ ਭੋ ਲੱਭੋ ਕਿਤੋਂ ਲੱਭ ਲਿਆਂਦਾ, ਉਹਦੇ ਨਾਲ ਸੰਸਾਰਕ ਸੰਬੰਧ ਕਰ ਦਿੱਤਾ। ਸੰਸਾਰਕ ਸੰਬੰਧ ਕਰਕੇ ਕਹਿੰਦਾ ਮੈਂ ਵੇਖਾਂਗਾ ਤੇਰਾ ਭਗਵਾਨ ਕਿਵੇਂ ਪਾਲਣਾ ਕਰਦਾ। ਸਾਧ ਸਿੰਘ ਆਨੰਦ ਕਾਰਜ ਕਰ ਦਿੱਤੇ, ਸਹੇਲੀਆਂ ਨੇ ਅੱਖਾਂ ਚੋਂ ਆਂਸੂ ਵਹਾਏ ਸਾਧ ਸਿੰਘ ਚ, ਇਸ ਨੇ ਭਗਵਾਨ ਦਾ ਸ਼ੁਕਰ ਕੀਤਾ। ਆਪਾਂ ਗੱਲਾਂ ਸਿੱਖਣੀਆਂ ਨੇ ਸਾਧ ਸਿੰਘ ਪਤੀ ਪ੍ਰਤਰਮ। ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੀਬੀ ਭਾਨੀ ਦਾ ਸੰਸਾਰਕ ਸੰਬੰਧ ਕੀਤਾ ਨਾ, ਤੇ ਕਹਿੰਦੇ ਇਹ ਪੁੱਤ ਤੈਨੂੰ ਮੈਂ ਦਾਜ ਦੇਣਾ, ਤੈਨੂੰ ਮੈਂ ਸਾਧ ਸੰਗਤ ਚ ਦਾਜ ਦੇਣਾ, ਤੈਨੂੰ ਦਿਓ ਪਿਤਾ ਜੀ, ਇਹ ਤੈਨੂੰ ਭੱਬੇ ਦੇਣੇ ਨੇ ਸਾਧ ਸੰਗਤ ਚ, ਤੇ ਦਾਜ ਹੈ ਸਾਧ ਸੰਗਤ। ਇਹ ਪੁੱਤ ਭੱਬਾ ਭਲਾ ਮੈਂ ਭੁੱਲੀ, ਭਾਣਾ ਮਨ ਕਰਤਾਰ ਤਿੰਨ ਭੱਬੇ ਧਾਰਨ ਕਰੇ ਸੁਖੀ ਵਸੈ ਸੋ ਨਾਰ। ਸਾਧ ਸੰਗਤ ਚ ਇਹ ਤਿੰਨ ਭੱਬੇ ਦਾਜ ਦਿੱਤਾ ਗੁਰੂ ਦੇ ਪਿਆਰੇ, ਜਿਹਦੇ ਨਾਲ ਸਾਰਾ ਜੀਵਨ ਅਸੀਂ ਬੀਬੀ ਭਾਨੀ ਦਾ ਜਿੰਨਾ ਚਿਰ ਚੰਦ ਸਮਾਰ ਰਹਿਣਗੇ ਨਾ ਚਮਕਦਾ ਰਹੇਗਾ ਸਾਧ ਸੰਗਤ ਚ। ਭੱਬਾ ਜੇ ਪਰਿਵਾਰ ਦੇ ਵਿੱਚ ਜਾਂ ਕੋਈ ਪਤੀ ਨਾਲ ਗੱਲ ਹੋ ਜਾਵੇ ਉਹਨੂੰ ਭਲਾ ਚੰਗਾ ਆਖਣਾ, ਚੰਗਾ ਜੀ ਭਲਾ ਜੀ, ਤਰਕਬਾਜ਼ੀ ਨਹੀਂ ਕਰਨੀ ਸਾਧ ਸੰਗਤ ਚ। ਤੁਹਾਡੀ ਵਿਦਿਆ ਅੱਜ ਜਿਹੜੀ ਹੈ ਜ਼ਹਿਰ ਬਣ ਗਈ ਜੀ ਸਾਧ ਸੰਗਤ ਚ, ਇਹ ਤੁਹਾਡੀ ਵਿਦਿਆ ਬਿੱਖ ਬਣ ਗਈ ਹੈ। ਜਿਹਨੇ ਔਰਤ ਮਰਦ ਦਾ ਸਤਿਕਾਰ ਖਤਮ ਕਰਤਾ ਸਾਧ ਸੰਗਤ ਚ, ਪਿਓ ਪੁੱਤਰ ਦਾ ਸਤਿਕਾਰ ਖਤਮ ਕਰਤਾ ਸਾਧ ਸੰਗਤ, ਭਾਈ ਭਾਈ ਦਾ ਸਤਿਕਾਰ ਖਤਮ ਕਰਤਾ, ਤੁਹਾਡੀ ਵਿਦਿਆ ਅੱਜ ਦੀ ਨੇ ਸਾਧ ਸੰਗਤ ਚ। ਜੇ ਆਪਾਂ ਸੁਖ ਚਾਹੁੰਦੇ ਹਾਂ ਧਰਮ ਨਾਲ ਜੁੜ ਜਾਓ ਸਾਧ ਸੰਗਤ ਚ, ਗੁਰਮਤ ਨੂੰ ਜੁੜੋ, ਵਿਦਿਆ ਨਾਲ ਸੁਖ ਨਹੀਂ ਪ੍ਰਾਪਤ ਹੋਏਗਾ ਸਾਧ ਸੰਗਤ ਚ। ਹਾਂ ਸੁਖ ਹੈ ਪਰ ਇਹਦੇ ਨਾਲ ਆਪਾਂ ਨੇ ਸੁਖ ਲੈਣਾ ਜਿਹੜਾ ਆਤਮਕ ਸੁਖ ਪ੍ਰਾਪਤ ਹੋਵੇ, ਜਿਹੜਾ ਸੰਸਾਰਕ ਸੁਖ ਪ੍ਰਾਪਤ ਹੋਵੇ, ਪਰਲੋਕ ਦਾ ਸੁਖ ਪ੍ਰਾਪਤ ਹੋਵੇ, ਉਹ ਸੁਖ ਹੈ ਸਾਧ ਸੰਗਤ ਚ। ਇਹ ਨਾ ਇਹ ਸਿਰਫ ਆਪਾਂ ਨੇ ਨਾ ਖਿਮਾ ਰੱਖਿਓ ਜੇ, ਇਹਨਾਂ ਕਾਲਿਆਂ ਮਣਾਂ ਨੂੰ ਨਾ ਚਿੱਟੇ ਚਿੱਟੇ ਕੱਪੜੇ ਪਾ ਕੇ ਛੁਪਾ ਕੇ ਰੱਖਿਆ, ਇਹਨਾਂ ਕਾਲਿਆਂ ਮਣਾਂ ਨੂੰ ਨਾ ਚਿੱਟੇ ਚਿੱਟੇ ਕੱਪੜੇ ਪਾ ਕੇ ਛੁਪਾ ਕੇ ਰੱਖਿਆ। ਅੰਦਰ ਵੇਖੋਗੇ ਇਹਦੇ ਕੀ ਹੈ ਸਾਧ ਸੰਗਤ, ਅੰਦਰ ਕੀ ਹੈ ਕਿਸੇ ਦੇ, ਇਹ ਸੀ ਦਾਜ। ਜੇ ਕੋਈ ਘਰ ਤੇ ਤਰਕ ਨਾ ਕਰੋ ਸਾਧ ਸੰਗਤ ਚ। ਮੈਂ ਇੱਕ ਥਾਂ ਗਿਆ, ਤੁਹਾਡੀ ਕਿਰਪਾ ਦੇ ਨਾਲ ਤੁਸੀਂ ਮਾਣ ਦਿੰਦੇ ਹੋ, ਸਤਿਕਾਰ ਦਿੰਦੇ ਹੋ, ਸਤਿਗੁਰੂ ਦੀ ਬਖਸ਼ਿਸ਼ ਹੈ। ਉੱਥੇ ਇੱਕ ਔਰਤ ਦੇ ਮਰਦ ਦਾ ਝਗੜਾ ਸੀ ਸਾਧ ਸੰਗਤ ਚ, ਗੱਲਬਾਤ ਤਰਕ ਪੈਦਾ ਹੋ ਗਈ। ਮੈਂ ਵਿੱਚ ਬਹਿ ਕੇ ਨਾ ਮੈਂ ਬੀਬੀ ਨੂੰ ਆਖਿਆ, ਮੈਂ ਪੁੱਤ ਤੂੰ ਵੀ ਸਾਫ਼ ਗੱਲ ਦੱਸ। ਉਹ ਵੀ ਦੱਸਣ ਲੱਗੀ, ਮਾਲਕ ਵੀ ਦੱਸਣ ਲੱਗਾ ਸਾਧ ਸੰਗਤ ਚ। ਜਦੋਂ ਕੋਈ ਸਵਾਮੀ ਨੇ ਗੱਲ ਕੀਤੀ ਨਾ ਤੇ ਕਹਿੰਦੇ ਜੀ ਮੈਂ ਇਹਦੇ ਨਾਲ ਦੂਣਾ ਕਮਾਉਣੀ ਹੈ ਤੇ ਮੈਂ ਇਹਦਾ ਹੁਕਮ ਕੋਈ ਮੰਨਾ ਸਾਧ ਸੰਗਤ ਚ, ਤੁਹਾਡੀ ਵਿਦਿਆ ਕਹਿੰਦੀ ਵੀ ਸਾਧ ਸੰਗਤ ਮੈਂ ਇਹਦੇ ਨਾਲ ਦੂਣਾ ਕਮਾਉਣੀ ਹਾਂ ਤੇ ਮੈਂ ਇਹਨੂੰ ਰੋਟੀ ਪਕਾ ਕੇ ਖਵਾਵਾਂ ਇਹਨੂੰ। ਮੈਂ ਗੱਲ ਬਣਨੀ ਨੀ ਸਾਧ ਸੰਗਤ ਚ, ਇੱਥੇ ਧਰਮ ਕੰਮ ਕਰੇਗਾ ਸਾਹਿਬ। ਜੇ ਤੇ ਤੁਹਾਡੇ ਚ ਧਰਮ ਹੈ ਤੇ ਸੁਖ ਬਣ ਜਾਏਗਾ, ਤੇ ਜੇ ਵਿਦਿਆ ਤੇ ਫਿਰ ਟਕਰਾਅ ਹੋਏਗਾ ਸਾਧ ਸੰਗਤ ਚ, ਫਿਰ ਟਕਰਾਅ ਹੋਏਗਾ ਗੁਰੂ ਦੇ। ਇਸ ਵਾਸਤੇ ਭੱਬਾ ਭਲਾ ਮੈਂ ਭੱਬਾ ਭਲਾ ਜੀ ਚੰਗਾ ਜੀ ਮੈਂ ਭੁੱਲੀ, ਦੂਜੀ ਗੱਲ ਜੀ ਭੁੱਲ ਗਈ ਆ, ਕੋਈ ਬਾਤ ਨੀ ਸਾਧ ਸੰਗਤ। ਉਹ ਸੱਜਣੋ ਜਦੋਂ ਇਹ ਗੱਲ ਆਵੇਗੀ ਮਨ ਦੇ ਵਿੱਚ, ਜਿਹੜੀ ਪੱਥਰ ਆਤਮਾ ਨਰਮ ਹੋ ਜਾਂਦੀ ਹੈ ਸਾਧ ਸੰਗਤ ਚ, ਜਦੋਂ ਆਖੋਗੇ ਮੈਂ ਭੁੱਲ ਗਈ ਹਾਂ, ਪੱਥਰ ਆਤਮ ਨਰਮ ਹੋ ਜਾਂਦੀ ਹੈ ਸਾਧ ਸੰਗਤ, ਤੇ ਟਕਰਾ ਦਿੰਦੇ ਕਦੇ ਨਰਮ ਨਹੀਂ ਹੋਣਾ ਗੁਰੂ ਦੇ ਪੈ। ਨਫ਼ਰਤ ਨੂੰ ਨਫ਼ਰਤ ਨਾਲ ਜਿੱਤਿਆ ਨਹੀਂ ਜਾਣਾ ਸਾਧ ਸੰਗਤ ਚ, ਜੇ ਨਫ਼ਰਤ ਨੂੰ ਜਿੱਤਣਾ ਤਾਂ ਪ੍ਰੇਮ ਤੇ ਪਿਆਰ ਨਾਲ ਤੁਸੀਂ ਜਿੱਤ ਸਕਦੇ ਹੋ ਸਾਧ ਸੰਗਤ ਚ। ਇਹ ਗੱਲਾਂ ਤੁਹਾਡੇ ਸੁਣਨ ਵਾਲੀਆਂ ਨੇ ਗੁਰੂ ਦੇ। ਭੱਬਾ ਭਲਾ ਮੈਂ ਭੁੱਲੀ, ਭਾਣਾ ਮਨ ਕਰਤਾਰ, ਉਸ ਮਾਲਕ ਦਾ ਭਾਣਾ ਹੁਕਮ ਮੰਨੋ ਸਾਧ ਸੰਗਤ ਚ। ਬਸ ਆ ਤਿੰਨ ਭੱਬੇ ਜੇ ਗੁਰੂ ਦੇ ਪਿਆਰੇ, ਤਿੰਨ ਭੱਬੇ ਧਾਰਨ ਕਰੇ ਸੁਖੀ ਵਸੈ ਸੋਨਾਰ। ਉਹ ਔਰਤ ਕਦੇ ਜ਼ਿੰਦਗੀ ਚ ਗੁਰੂ ਦੇ ਪਿਆਰੇ ਕਦੇ ਅਪਮਾਨ ਨਹੀਂ ਕਰਾਏਗੀ ਸਾਧ ਸੰਗਤ ਚ। ਸ਼ਾਸਤਰ ਦਾ ਮਤ ਹੈ ਇਹ, ਗੁਰੂ ਅਮਰਦਾਸ ਨੇ ਆਪਣੀ ਪੁੱਤਰੀ ਭਾਣੀ ਨੂੰ ਦਾਜ ਦਿੱਤਾ ਸੀ ਸਾਧ ਸੰਗਤ ਚ। ਇਸ ਬੱਚੀ ਨੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਉਹਨੂੰ ਪਠਾ ਕੇ ਨਾ ਟੋਕਰੇ ਦੇ ਵਿੱਚ, ਤੇ ਸੱਜਣੋ ਸਹੇਲੀਆਂ ਨੇ ਵਿਦਿਆ ਕਰਤਾ ਸਾਧ ਸੰਗਤ ਚ, ਵਿਦਿਆ ਕਰਤਾ ਗੁਰੂ ਦੇ। ਨਫ਼ਰਤ ਨਹੀਂ ਕੀਤੀ, ਵਿਸ਼ਵਾਸ ਸੀ ਭਗਵਾਨ ਤੇ ਸਾਧ ਸੰਗਤ, ਭਗਵਾਨ ਤੇ ਵਿਸ਼ਵਾਸ ਸੀ ਗੁਰੂ ਦੇ ਪਿਆਰ। ਹੁਣ ਉਹਨੂੰ ਪੇਟ ਪਾਦਨਾ ਦੇ ਵਾਸਤੇ ਦਰ ਦਰ ਜਾਂਦੀ ਆ ਬਈ,
ਘਰ ਘਰ ਜਾਂਦੀ ਹੈ ਭਾਈ। ਜਦੋਂ ਕਿਸੇ ਦਰ ਜਾਂਦੀ ਹੈ, ਕਿਸੇ ਦੇ ਘਰ ਜਾਂਦੀ ਹੈ, ਕਿਸੇ ਪਿੰਡ ਜਾਂਦੀ ਹੈ, ਤੇ ਕਈ ਤਰ੍ਹਾਂ ਤਰ੍ਹਾਂ ਦੇ ਵਿਚਾਰ ਨੇ ਮਨੁੱਖਾਂ ਦੇ। ਉਹ ਕਹਿੰਦੇ ਨੇ ਕੀ ਐਵੇਂ ਟੋਕਰਾ ਚੁੱਕੀ ਫਿਰਨੀ ਹੈ, ਸੰਸਾਰ ਦੇ ਬੰਦੇ ਮਰ ਗਏ ਨੇ ਹੋਰ ਸਾਧਸੰਗ ਚ, ਤੈਨੂੰ ਕੋਈ ਬੰਦਾ ਨਹੀਂ ਲੱਭਦਾ ਹੋਰ, ਅੰਦਰ ਦੁਖੀ ਹੈ ਸੁਣ ਕੇ ਸਾਧਸੰਗ, ਅੰਦਰ ਸੁੱਖ ਨਹੀਂ ਲੈਂਦਾ। ਹੁਣ ਕੀ ਕਰਦੀ ਹੈ ਭਾਈ, ਮੈਸੇਜ ਟੂਕ ਦੇਣੀ ਹੈ ਤੁਹਾਨੂੰ, ਆਪਣੇ ਗੱਲ ਕਰਨਾ ਪਿਆ, ਹੁਣ ਕੀ ਕਰਨ ਲੱਗ ਪਈ ਹੈ, ਹੁਣ ਲੱਗ ਪਈ ਵੀ ਉਸ ਪਤੀ ਨੂੰ, ਆਪਣੇ ਪਤੀ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਤੇ ਬਾਹਰ ਹੀ ਟੋਕਰਾ ਧਰ ਜਾਂਦੇ, ਹੁਣ ਕੱਲੀ ਜਾਣ ਲੱਗ ਪਈ ਪਿੰਡ ਮੰਗਣ ਵਾਸਤੇ ਸਾਧਸੰਗ ਚ, ਹੁਣ ਕੱਲੀ ਜਾਂਦੀ ਗੁਰੂ ਦੇ ਪਿਆਰ। ਪੱਟੀ ਤੋਂ ਚੱਲੀ ਚੱਲੀ ਚੱਲਦੀ 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 ਤੁੰਗ ਪਿੰਡ ਸਾਧਸੰਗ ਚ, ਉਸ ਤੁੰਗ ਪਿੰਡ ਪਹੁੰਚ ਗਈ। ਇੱਕ 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 ਉੱਚਾ ਜਿਹਾ ਥਾਂ ਸੀ, ਉੱਥੇ ਟੋਕਰਾ ਰੱਖਿਆ ਤੇ ਆਪ ਸਾਧਸੰਗ ਜੀ ਮੰਗਣ ਵਾਸਤੇ ਚੱਲ ਪਏ। ਜਦੋਂ ਆਪ ਮੰਗਣ ਵਾਸਤੇ ਚੱਲ ਪਏ ਨਾ, ਤੇ ਤੁਹਾਡਾ ਇਤਿਹਾਸ ਕਹਿੰਦਾ ਪਿਆ, ਇਹ ਜਿਹੜੀ ਬੇਰੀ ਹੈ ਜਿਹਨੂੰ ਤੁਸੀਂ ਦੁੱਖ ਭੰਜਨੀ ਬੇਰੀ ਕਹਿੰਦੇ ਹੋ ਪਏ, ਇੱਥੇ ਤੁੰਗ ਪਿੰਡ ਸੀ ਸਾਧਸੰਗ ਚ, ਉਸ ਬੇਰੀ ਦੇ ਉੱਤੇ ਦੋ ਕਾਂ ਆ ਗਏ ਨੇ। ਇੱਕ ਕਾਂ ਦੇ ਵਿੱਚ ਰੋਟੀ ਹੈ, ਮੂੰਹ ਚ ਰੋਟੀ ਹੈ, ਦੂਜਾ ਖੁੰਦ ਹੈ। ਉਹ ਰੋਟੀ ਉਹਦੇ ਮੂੰਹ ਚੋਂ ਡਿੱਗ ਪਈ, ਉਹ ਪਾਣੀ ਚ ਡਿੱਗ ਪਈ ਸਾਧਸੰਗ ਚ। ਜਦੋਂ ਪਾਣੀ ਡਿੱਗੀ ਨਾ, ਤੇ ਕਾਂ ਵੀ ਡਿੱਗਾ ਤੇ ਉਹ ਕਾਂ ਕਾਲੇ ਤੋਂ ਚਿੱਟਾ ਹੋ ਗਿਆ ਸਾਧਸੰਗ ਚ। ਉਸਨੇ ਵੇਖ ਲਿਆ, ਪਿੰਗਲੇ ਨੇ, ਕਿਤਨੇ ਕਮਾਲ ਦੀ ਗੱਲ ਹੈ, ਮੇਰੇ ਵੇਖਦਿਆਂ ਵੇਖਦਿਆਂ ਇਹ ਕਾਲੇ ਨਾਲ ਤੇ ਕਾਂ ਚਿੱਟਾ ਹੋ ਗਿਆ। ਓਏ ਮਣਾ, ਓਏ ਜਿਹੜਾ ਤੇਰੇ ਸਰੀਰ ਚੋਂ ਰੇਸ਼ਾ ਖੂਨ ਮੀਂਹ ਪਾਕ ਵਗਦੀ ਆ ਪਈ, ਜੇ ਤੂੰ ਇਸ਼ਨਾਨ ਕਰੇ ਤੇ ਤੇਰਾ ਸਰੀਰ ਨੀ ਕੰਚਨ ਵਰਗਾ ਹੋ ਸਕਦਾ, ਤੁਰਿਆ ਨੀ ਜਾਂਦਾ, ਰਿੜਿਆ ਨੀ ਜਾਂਦਾ। ਟੋਕਰੇ ਨੂੰ ਅਲਗਾ ਹਲਾਣ ਇਸ ਤਰ੍ਹਾਂ ਸਾਧਸੰਗ ਚ, ਉਹ ਟੋਕਰਾ ਉਲਟ ਗਿਆ, ਰਿੜਦਾ ਰਿੜਦਾ ਜਾ ਕੇ ਪਾਣੀ ਚ ਪੈ ਗਿਆ ਸਾਧਸੰਗ, ਛੱਪੜੀ ਜਾ ਕੇ ਪੈ ਗਿਆ। ਜਦੋਂ ਪੈ ਗਿਆ ਦੇ ਕੰਚਨ ਵਰਗੀ ਹੋ ਗਈ ਸਾਧਸੰਗ ਚ, ਕੰਚਨ ਵਰਗੀ ਹੋ ਗਈ ਉਹਦੇ ਪਿਆਰੇ। ਗੁਰੂ ਅਮਰਦਾਸ ਨੇ ਫਿਰ ਉਹ ਜਿਹਦੀ ਭਾਲ ਕਰਦੇ ਸੀ ਨਾ, ਗੁਰੂ ਰਾਮਦਾਸ ਨੇ ਉਹ ਜਿਹਦੀ ਭਾਲ ਕਰਦੇ ਸੀ ਨਾ ਪਏ, ਆਖਿਆ ਪਏ ਆਹ ਇਸ ਥਾਂ ਨੇ ਸਾਧਸੰਗ ਚ, ਮਿਹਰਤ ਕਰਦੇ ਸੀ ਪਿਆ, ਇਹ ਪਤੀ ਬ੍ਰਤਨ ਦੀ ਦੇਣ ਜੇ ਸਾਧਸੰਗ ਚ। ਇਸ ਵਾਸਤੇ ਗ੍ਰੰਥਾਕਾਰ ਮਹਾਤਮਾ ਕਹਿੰਦੇ ਨੇ ਪਏ, ਇਸ ਬ੍ਰਹਮਚਾਰੀ ਨੇ ਇਸ ਤਾਰਾ ਰਾਣੀ ਦੇ ਸੱਤ ਦੀ, ਉਹਦੇ ਪਤੀਬ੍ਰਤ ਧਰਮ ਦੀ ਪਾਲਣਾ ਕੀਤੀ, ਤੇ ਉਸ ਨੇ ਆਪਣੇ ਸੱਤ ਆਪਣੇ ਪਤੀਬ੍ਰਤ ਧਰਮ ਨੂੰ ਆਪਣੇ ਪਤੀਬ੍ਰਤ ਧਰਮ ਦੀ ਪਾਲਣਾ ਕੀਤੀ। ਉਸ ਨੇ ਵੀ ਸੂਰੀਆਂ ਚਰਾਵੇ ਨਿਤ ਹਰੀ ਚੰਦ ਪੀ, ਇਹ ਤੁਸਾਂ ਤਾਰਾ ਰਾਣੀ ਦਾ ਸੁਣ ਲਿਆ, ਇਧਰ ਹਰੀ ਰਾਜੇ ਦਾ ਸੁਣੋ ਸਾਧਸੰਗ ਚ। ਉਧਰ ਕਾਲੀਏ ਚੰਡਾਲ ਨੇ ਕੀ ਕੀਤਾ, ਕਾਲੀਏ ਚੰਡਾਲ ਨੇ ਸੂਰਾਂ ਨੂੰ ਚਾਰਨ ਦੇ ਵਾਸਤੇ ਭਾਵ ਉਹਦੀ ਡਿਊਟੀ ਲਾਈ ਸੀ, ਉਹ ਆਪਣੀ ਡਿਊਟੀ ਆਪਣੀ ਸੇਵਾ ਪੂਰੀ ਕਰਦਾ ਪਿਆ। ਗਿਰ ਦੇ ਬਨਾਰਸ ਮਧੇ ਗੰਧ ਜੀ, ਸੂਰ ਕੀ ਖਾਂਦੇ ਨੇ ਸਾਧਸੰਗ ਚ, ਉਹ ਕੀ ਖਾਂਦੇ ਗੰਧਾ, ਸਾਰੇ ਬਨਾਰਸ ਦੇ ਕਾਂਸ਼ੀ ਦੇ ਆਲੇ ਦੁਆਲੇ ਸਾਧਸੰਗ ਚ, ਭਾਵ ਗਲੀਆਂ ਦੇ ਵਿੱਚ ਚਾਰ ਸ਼ਫੇਰੇ ਉਹ ਸੂਰਾਂ ਲਈ ਫਿਰਦਾ, ਜਿੱਥੇ ਗੰਦਗੀ ਮਿਲਦੀ ਆ ਉਹ ਪਕਸ਼ਣ ਕਰੀ ਜਾਂਦੇ ਹਨ। ਪਰ ਨਜ਼ਾਰਾ ਸੁਗਲਾਨੀ ਤਾਰਾ ਹੈ, ਇੱਕ ਚੱਕਰਵਰਤੀ ਬਾਦਸ਼ਾਹ ਰਾਜ ਤੇ ਬੈਠਾ ਹੋਇਆ, ਗਲਾਨੀ ਨਹੀਂ ਕਰਦਾ, ਗੰਦਗੀ ਦੇ ਵਿੱਚ ਪਿਆ, ਸੂਰਾਂ ਦੇ ਮਗਰ ਲੱਗਾ ਪਿਆ, ਕਾਹਦੇ ਵਾਸਤੇ, ਧਰਮ ਨੂੰ ਪਿਆਰਾ ਸਮਝਦਾ ਪਿਆ ਸਾਧਸੰਗ ਚ। ਅਸੀਂ ਧਰਮ ਨੂੰ ਨੀਵਾਂ ਥਾਂ ਦਿੰਦੇ ਹਾਂ ਪਏ, ਤੇ ਸਮਾਜਿਕ ਪਦਾਰਥਾਂ ਨੂੰ ਉੱਚਾ ਥਾਂ ਦਿੰਦੇ ਹਾਂ ਪਏ ਸਾਧਸੰਗ ਚ। ਸਾਡਾ ਅੰਤਰ ਇੰਨਾ ਕੋਈ ਗੁਰੂ ਦੇ ਪਿਆਰ, ਅਸੀਂ ਇਹਨਾਂ ਧਰਮ ਜਾਂਦਾ ਤੇ ਜਾਣ ਦਿਓ, ਪਰਵਾਹ ਨਾ ਕਰੋ ਸਾਧਸੰਗ ਚ, ਪਰ ਇਹ ਗੱਲ ਹੈ ਨੀ ਸਾਧਸੰਗ ਚ। ਚਲੰਤ ਤਾਰਾ ਵਿਚਲੰਤ ਮੰਧਰੰਗ, ਚਲੰਤ ਮੇਰੂ ਰਵ ਚੰਦਰ ਗਗਨੰਗ, ਚਲੰਤ ਬਿਡਿਸ਼ਾ ਜਲ ਮੂਲ ਸ਼ਾਖਾ, ਚਲੰਤ ਬ੍ਰਹਮਾ ਜਨ ਵੇਦ ਪਾਖਾ, ਚਲੰਤ ਨਾਰੀ ਬਹਰੂਪਵੰਤ, ਚਲੰਤ ਰਾਜਾ ਛਤਰ ਟੁਲਹੰਤ, ਕਦਾਬ ਕਾਲੇ ਪ੍ਰਿਥਵੀ ਚਲੰਤ ਨਹਿ, ਚਲੰਤ ਨਮ ਸਤਪੁਰਖ ਵਾਕਿੰਗ। ਸਾਧਸੰਗ ਚ ਨੀਤੀ ਕਹਿੰਦੀ ਹੈ, ਚਲੰਤ ਤਾਰਾ ਵਿਚਲੰਤ ਮੰਧਰੰਗ, ਇਹ ਜਿਹੜੇ ਤੁਸੀਂ ਆਸਮਾਨ ਚ ਤਾਰੇ ਵੇਖਦੇ ਹੋ ਪੇ, ਸਾਰੇ ਨਾਸ ਹੋ ਜਾਣੇ ਨੇ ਸਾਧਸੰਗ ਚ, ਇਹਨਾਂ ਨਹੀਂ ਰਹਿਣਾ। ਆਹ ਤੁਸੀਂ ਆਸਮਾਨ ਵੇਖਦੇ ਹੋ ਪਏ, ਇਸ ਨੇ ਨਾਸ ਹੋ ਜਾਣਾ ਸਾਧਸੰਗ ਚ। ਚਲੰਤ ਤਾਰਾ ਵਿਚਲੰਤ ਮੰਧਰੰ, ਆਹ ਜਿਹੜੀਆਂ ਤੁਸੀਂ ਸੀਮੈਂਟ ਦੇ ਨਾਲ, ਬਜਰੀ ਦੇ ਨਾਲ, ਰੇਤੇ ਦੇ ਨਾਲ ਆਹ ਤੁਸੀਂ ਬਿਲਡਿੰਗਾਂ ਖੜੀਆਂ ਕਰਦੇ ਹੋ ਪਏ, ਕੋਠੀਆਂ ਬਣਾਉਂਦੇ ਹੋ ਪਏ, ਇਹਨਾਂ ਨੇ ਸਦਾ ਨਹੀਂ ਰਹਿਣਾ ਸਾਧਸੰਗ ਚ, ਇਹਨਾਂ ਦੀ ਮਨਿਆਦ ਹੈ ਗੁਰੂ ਦੇ ਪਿਆਰ। ਆ ਤੁਸਾਂ ਵੇਖਿਆ ਨਾ, ਖੁਰੇ ਤੁਹਾਡੇ ਵਿਹਣ ਕਿ ਨਹੀਂ ਹੈ, ਆ ਸਾਡੇ ਅੰਗਰੇਜ਼ ਜਦੋਂ ਅੰਗਰੇਜ਼ ਰਾਜ ਸੀ, ਇਹਨਾਂ ਨੇ ਬੜੇ ਬੜੇ ਪੁਲ ਬਣਾਏ ਨੇ ਉੱਥੇ ਸਾਧਸੰਗ ਚ, ਉਹ ਉਹਨਾਂ ਤੇ ਮਨਿਆਦ ਲਿਖੀ ਹੈ, ਇੰਨਾ ਚਿਰ ਉਹ ਪੁਲਾਂ ਢੱਕ, ਹੁਣ ਅਸੀਂ ਦੁਬਾਰਾ ਬਣਾਉਂਦੇ ਹਾਂ ਸਾਧਸੰਗ ਚ, ਉਹ ਵੀ ਮਨਿਆਦ ਪੂਰੀ ਗੁਰੂ ਦੇ ਪਿਆਰ। ਚਲੰਤ ਤਾਰਾ ਵਿਚਲੰਤ ਮੰਦਰੰ, ਚਲੰਤ ਮੇਰੂ ਰਵ ਚੰਦਰ ਗਗਨੰ, ਆਹ ਹਿਮਾਲਿਆ ਪਹਾੜ ਆ ਪਰਬਤ ਨਾ ਸਦਾ ਨਹੀਂ ਰਹਿਣਾ, ਇਹ ਜਿਹੜੇ ਪੱਥਰ ਨੇ ਸਦਾ ਨਹੀਂ ਰਹਿਣਾ, ਇਹ ਜਿਹੜੀ ਬਨਾਸਪਤੀ ਹੈ ਇਸਨੇ ਸਦਾ ਨਹੀਂ ਰਹਿਣਾ ਸਾਧਸੰਗ ਚ। ਆ ਜੰਗਲ ਨੇ ਜਿਹੜੇ ਜਨ ਤੇ ਬਨ ਸਾਧਸੰਗ ਚ, ਸਭ ਧਿਆਨ ਦਿਓ ਜੇ, ਇਹ ਜਿਹੜਾ ਜਨ ਹੈ ਤੇ ਬਨ ਹੈ, ਇਹਨਾਂ ਦੋਨਾਂ ਦੇ ਕੰਪੀਟੀਸ਼ਨ ਹੈ ਆਪਸ ਸਾਧਸੰਗ ਚ, ਮੁਕਾਬਲਾ। ਜਦੋਂ ਜਨ ਵੱਧ ਜਾਣਾ
ਉਦੋ ਬੰਦ ਨੇ ਘੱਟ ਜਾਣਾ ਸਾਧ ਸੰਗਤ ਚ, ਜਦੋਂ ਬੰਨ ਵੱਧ ਜਾਣਾ ਉਦੋਂ ਜੰਦ ਨੇ ਘੱਟ ਜਾਣਾ ਸਾਧ ਸੰਗਤ ਚ। ਭਾਵ ਜਦੋਂ ਜੰਗਲ ਵੱਧ ਜਾਣਗੇ ਉਦੋਂ ਮਨੁੱਖ ਘੱਟ ਜਾਏਗਾ, ਜਦੋਂ ਮਨੁੱਖ ਵੱਧ ਜਾਏਗਾ ਉਦੋਂ ਜੰਗਲ ਘੱਟ ਜਾਣਗੇ ਸਾਧ ਸੰਗਤ ਚ। ਇਸੇ ਸਿਧਾਂਤ ਨੂੰ ਲੈ ਕੇ ਮੈਂ ਤੁਹਾਡੀ ਮਰਿਆਦਾ ਦੇ ਨਾਲ ਗੱਲ ਢੁਕਦੀ ਨੂੰ ਨਾ ਇਹ ਕਰਨ ਲੱਗਾ, ਇੱਥੇ ਅਰਥ ਨਹੀਂ ਬਣਦਾ ਮੇਰੀ ਗੱਲ ਦਾ, ਪਰ ਮੈਂ ਕਿਸੇ ਨੂੰ ਪਤਾ ਪ੍ਰਾਪਤ ਕਿਸੇ ਨੂੰ ਕੁਛ ਹੋਵੇ ਸਾਧ ਸੰਗਤ ਚ। ਅੱਜ ਸਾਡੇ ਤੇ ਸਵਾਲ ਕੀਤਾ ਜਾਂਦਾ ਆਹੜਾ ਤੁਸੀਂ ਸਨੀ ਕੇਸੀ ਇਸ਼ਨਾਨ ਕਰਦੇ ਹੋ, ਕਿਉਂ ਕਰਦੇ ਹੋ? ਸਭ ਧਿਆਨ ਦਿਓ ਜੀ ਮੇਰੀ ਗੱਲ ਦਾ, ਸਾਧ ਸੰਗਤ ਚ ਕਿਉਂ ਕਰਦੇ ਹੋ? ਜਿਹੜਾ ਸਾਡੀ ਗਿਆਨ ਮਾਰਗ ਹੈ ਉਹ ਤੇ ਹੈ, ਮੈਂ ਇਹਨੂੰ ਸੈਂਸ ਦੇ ਤਰੀਕੇ ਨਾਲ ਸਿੱਧ ਕਰਨ ਲੱਗਾ ਸਾਧ ਸੰਗਤ ਚ। ਇਹ ਕੇਸਾਂ ਚ ਪਾਣੀ ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾ, ਸਤਿਗੁਰੂ ਰਾਮ ਸਿੰਘ ਨਹੀਂ, ਜਦੋਂ ਤੁਸੀਂ ਗੁਰਬਾਣੀ ਪੜੋਗੇ ਕਹਿੰਦੇ ਨੇ ਮੋਇਆ ਜੀਵੰਦਿਆਂ ਤਾਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਸਾਧ ਸੰਗਤ ਚ। ਗੁਰਬਾਣੀ ਦਾ ਵਾਕ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਪ੍ਰਚਲਿਤ ਕਰਤਾ ਸਾਧ ਸੰਗਤ ਚ। ਪ੍ਰਚਲਿਤ ਕਿਵੇਂ ਕਰ ਦਿੱਤਾ? ਇਹ ਜਿਹੜਾ ਜੰਨ ਹੈ ਤੇ ਬੰਨ ਹੈ ਨਾ, ਇਹਨਾਂ ਦੋਨਾਂ ਦਾ ਮੁਕਾਬਲਾ ਸਾਧ ਸੰਗਤ ਚ। ਮੁਕਾਬਲਾ ਕਿਸ ਤਰ੍ਹਾਂ ਦਾ? ਜਦੋਂ ਜੰਨ ਨੇ ਵੱਧ ਜਾਣਾ ਉਦੋਂ ਬੰਨ ਨੇ ਘੱਟ ਜਾਣਾ, ਜਦੋਂ ਬੰਨ ਨੇ ਵੱਧ ਜਾਣਾ ਉਦੋਂ ਜੰਨ ਨੇ ਘੱਟ ਜਾਣਾ ਸਾਧ ਸੰਗਤ ਚ। ਹੁਣ ਗੱਲ ਅਗਲੀ ਮੇਰੀ ਹੋਰ ਗੱਲ ਸੁਣਿਓ ਜੇ, ਜਿਹੜਾ ਜੰਨ ਹੈ ਮਨੁੱਖ ਇਹਦਾ ਸਿਰ ਤਾਣੂ ਹੈ ਸਾਧ ਸੰਗਤ ਚ, ਜਿਹੜਾ ਜੰਗਲ ਬਣ ਹੈ ਇਹਦਾ ਸਿਰ ਠਾਣਵੇਂ ਸਾਧ ਸੰਗਤ ਚ। ਸਭ ਧਿਆਨ ਦਿਓ ਜੀ ਮੇਰੀ ਗੱਲ ਦਾ, ਜਿਹੜਾ ਮਨੁੱਖ ਹੈ ਇਹਦਾ ਮੁੱਢ ਕਿਹੜਾ ਹੈ? ਸਿਰ, ਇਹਦਾ ਤਾਣੂ ਸ਼ਾ, ਇਹਦੇ ਤਾਣੂ ਸਿਰ ਸਾਧ ਸੰਗਤ ਚ। ਜਿਹੜਾ ਬਣ ਹੈ ਦਰਖਤ ਨੇ ਬਨਸਪਤੀ, ਉਹਨਾਂ ਦਾ ਸਿਰ ਕਿਹੜਾ ਹੈ? ਮੁੱਢ, ਉਹ ਸਿਰ ਉਹਨਾਂ ਦਾ ਸਾਧ ਸੰਗਤ ਚ। ਤੁਸੀਂ ਟਾਹਣੀ ਕੱਟਦੇ ਹੋ, ਪੱਤਰ ਤੋੜ ਲਓ, ਉਹ ਦਰਖਤ ਸੁੱਕਦਾ ਨਹੀਂ ਗਾ ਜੇ ਜਦੋਂ ਮੁੱਢ ਨਹੀਂ ਵੜ, ਸਿਰ ਨਹੀਂ ਵੜਦੇ ਉਹਦਾ ਸਾਧ ਸੰਗਤ ਚ। ਇਸੇ ਤਰ੍ਹਾਂ ਮਨੁੱਖ ਕਿਹੜਾ ਹੈ? ਇਹਦਾ ਜੜ, ਕੇਸ ਦੀਆਂ ਜੜਾਂ ਨੇ ਸਾਧ ਸੰਗਤ ਚ, ਸ਼ਾਖਾਂ ਨੇ ਇਹਦੀਆਂ ਗੁਰੂ ਦੇ ਪਿਆਰੇ। ਉਹਨਾਂ ਕੇਸਾਂ ਦੇ ਵਿੱਚ, ਉਹਨਾਂ ਜੜਾਂ ਦੇ ਵਿੱਚ ਪਾਣੀ ਪਾਉਣ ਦੇ ਵਾਸਤੇ ਤੁਸੀਂ ਕੀ ਕਰਦੇ ਹੋ? ਦਰਖਤ ਨੂੰ ਹਰਾ ਰੱਖਣ ਦੇ ਵਾਸਤੇ ਉਹਦੀਆਂ ਸ਼ਾਖਾਂ ਦੇ ਪੱਤਰਾਂ ਤੇ ਪਾਣੀ ਪਾਉਂਦੇ ਹੋ, ਉਹਦੇ ਮੁੱਢ ਚ ਪਾਣੀ ਪਾਉਂਦੇ ਹੋ। ਤੁਸੀਂ ਦਰਖਤਾਂ ਦੇ ਸ਼ਾਖਾਂ ਦੇ ਉੱਤੇ ਪੱਤਰਾਂ ਤੇ ਪਾਣੀ ਪਾਈ ਜਾਓ, 10 ਦਿਨ 15 ਦਿਨ ਮਹੀਨੇ ਦਾ ਭਾਵ ਦਰਖਤ ਸੁੱਕਣਾ ਸ਼ੁਰੂ ਹੋ ਜਾਏਗਾ ਸਾਧ ਸੰਗਤ ਜੀ, ਕਿਉਂਕਿ ਉਹਦੇ ਮੁੱਢ ਚ ਨਹੀਂ ਪਾਉਂਦੇ ਪਏ ਗੁਰੂ ਦੇ ਪਿਆਰੇ। ਜਦੋਂ ਤੁਸੀਂ ਉਹਦੇ ਮੁੱਢ ਚ ਪਾਣੀ ਪਾਓਗੇ ਨਾ, ਪੱਤਰਾਂ ਸ਼ਾਖਾਂ ਨੂੰ ਆਪਣੇ ਆਪ ਹੀ ਆ ਜਾਣਾ ਸਾਧ ਸੰਗਤ ਚ, ਆਪਣੇ ਆਪ ਹੀ ਆ ਜਾਣੇ ਗੁਰੂ ਦੇ ਪਿਆਰੇ। ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਵੈਦਿਕ ਢੰਗ ਦੇ ਨਾਲ, ਸਾਇੰਸ ਦੇ ਢੰਗ ਦੇ ਨਾਲ ਆਖਿਆ ਇਹਦੇ ਮਨੁੱਖ ਦੇ ਸਿਰ ਚ ਪਾਣੀ, ਮੁੱਢ ਚ ਪਾਣੀ ਪਾਓ ਸਾਧ ਸੰਗਤ ਚ। ਜਦੋਂ ਤੁਸੀਂ ਮੁੱਢ ਚ ਪਾਣੀ ਪਾਓਗੇ ਨਾ, ਸ਼ਾਖਾਂ ਨੂੰ ਆਪਣੇ ਆਪ ਹੀ ਆ ਜਾਏਗਾ ਸਾਧ ਸੰਗਤ ਚ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਸਣੇ ਕੇਸੀ ਇਸ਼ਨਾਨ ਕਰਨ ਦਾ ਹੁਕਮ ਦਿੱਤਾ ਗੁਰੂ ਦੇ ਪਿਆਰੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਸਾਰ ਨਵੰਦੇ ਸਾਧ ਸੰਗਤ ਚ। ਇਸ ਵਾਸਤੇ ਗ੍ਰੰਥਾਕਾਰਾਂ ਦੇ ਅਨੁਸਾਰ, ਧਰਮ ਸ਼ਾਸਤਰਾਂ ਦੇ ਅਨੁਸਾਰ ਇਹਦਾ ਭਾਵ ਇਹ ਅਰਥ ਹੈ ਸਾਧ ਸੰਗਤ ਜੀ। ਇਹ ਸੁਭਦਾਸ ਪ੍ਰਾਰਥਨਾ ਕਰ, ਇਸ ਪੰਕਤੀ ਨੂੰ ਫਿਰ ਪੜੋ ਜੀ। ਪਰ ਨਜ਼ਰ ਸੋ ਗਿਲਾ ਨੀ ਤਾਰ ਹੈ, ਮੈਂ ਅਰਜ ਕਰਦਾ ਸੀ ਭਾਈ ਆਪਣੇ ਧਰਮ ਦੀ ਪਾਲਣਾ ਕਰਦਾ ਪਿਆ ਸਾਧ ਸੰਗਤ ਚ, ਸੂਰਾਂ ਦੀ ਨਹੀਂ ਪਰਵਾਹ, ਗੰਦਗੀ ਦੀ ਨਹੀਂ ਪਰਵਾਹ, ਪਰਵਾਹ ਕਿਹਦੀ ਹੈ? ਆਪਣੇ ਧਰਮ ਦੀ ਸਾਧ ਸੰਗਤ ਚ, ਮੇਰਾ ਧਰਮ ਨਾ ਜਾਵੇ ਕਿਤੇ ਗੁਰੂ ਦੇ। ਕੀ ਸਾਡੇ ਮਨ ਇਸ ਤਰ੍ਹਾਂ ਦੇ ਨੇ ਸਾਧ ਸੰਗਤ ਚ? ਮੈਂ ਅਰਜ ਕਰ ਬੈਠਾ ਤੁਹਾਡੇ ਚਰਨ ਦੇ ਵਿੱਚ ਪਿਆ। ਸੱਜਣੋ, ਧਰਮ ਛੱਡ ਕੇ ਜਿੰਨਾ ਮਰਜ਼ੀ ਧਨ ਕਮਾ ਲਓ ਤੁਸੀਂ, ਇਹ ਕਿਹੜੀ ਗੱਲ ਹੈ ਸਾਧ ਸੰਗਤ ਚ? ਪਰ ਉਹ ਧਨ ਕਿਸੇ ਲੇਖੇ ਨਹੀਂ ਹੋਣਾ ਗੁਰੂ ਦੇ ਪਿਆ, ਬਗੈਰ ਤੁਹਾਡੀ ਐਸ਼ ਪ੍ਰਸਤੀ ਤੋਂ ਸਾਧ ਸੰਗਤ ਚ। ਉਸ ਧਨ ਨੇ ਤੁਹਾਡਾ ਸਾਥ ਨਹੀਂ ਦੇਣਾ ਸਾਧ ਸੰਗਤ ਚ। ਇਸ ਵਾਸਤੇ ਧਨ ਕਮਾਉਣਾ ਆਪਣੇ ਧਰਮ ਦੇ ਨਾਲ ਕਮਾਓ ਗੁਰੂ ਸਾਧ ਸੰਗਤ ਜੀ, ਜਿਹੜਾ ਲੋਕ ਦਾ ਸੁੱਖ ਤੇ ਪਰਲੋਕ ਦਾ ਸੁੱਖ ਵੀ ਦੇਵੇਗਾ। ਮੈਂ ਅਰਜ ਕਰਨਾ ਪਿਆ, ਅੱਜ ਤੁਹਾਡੇ ਸਾਡੇ ਕੋਲ ਲੱਖਾਂ ਕਰੋੜਾਂ ਰੁਪਈਏ ਨੇ ਸਾਧ ਸੰਗਤ ਚ, ਲੱਖਾਂ ਕਰੋੜਾਂ ਰੁਪਏ ਤੁਸੀਂ ਜਾਇਦਾਦਾਂ ਤਿਆਰ ਕਰ ਦਿੱਤੀਆਂ ਨੇ, ਪਰ ਕਿਸੇ ਨੂੰ ਸਬਰ ਸੰਤੋਖ ਵੀ ਹੈ? ਕਿਸੇ ਨੂੰ ਕਿਸੇ ਦੀ ਕਲਪਨਾ ਭਟਕਣਾ ਵੀ ਖਤਮ ਹੁੰਦੀ ਹੈ ਭਾਈ? ਲੱਖ ਯਤਨ ਕਰ ਲਓ ਤੁਸੀਂ ਸਾਧ ਸੰਗਤ ਚ, ਜਿੰਨਾ ਚਿਰ ਆਪਣੀ ਕਮਾਈ ਨੂੰ ਧਰਮ ਨਹੀਂ ਕਮਾਉਂਦੇ ਕਦੇ ਸੰਬਰ ਸੰਤੋਖ ਨਹੀਂ ਆਵੇਗਾ ਸਾਧ ਸੰਗਤ। ਬਸ ਤੱਤ ਜੇ ਗੁਰੂ ਦੇ ਪਿਆਰੇ, ਜਿੰਨਾ ਤੁਸੀਂ ਆਪਣੀ ਕਮਾਈ ਨੂੰ ਸਬਰ ਸੰਤੋਖ ਆਪਣੇ ਧਰਮ ਨਾਲ ਨਹੀਂ ਕਮਾਉਂਦੇ, ਉਹ ਕਦੇ ਵੀ ਅੰਦਰ ਸੰਤੋਖ ਨਹੀਂ ਆਉਣਾ ਸਾਧ ਸੰਗਤ ਚ। ਇਹ ਜਿਹੜਾ ਧਰਮ ਛੱਡ ਕੇ ਆਪਾਂ ਕਮਾਈ ਕਰਦੇ ਹਾਂ ਭਾਈ, ਇਸ ਨੇ ਕਦੇ ਵੀ ਸੰਤੋਖ ਨਹੀਂ ਅੰਦਰ ਵੜਨ ਦੇਣਾ ਸਾਧ ਸੰਗਤ ਚ। ਫੜ ਲਓ ਵੀ ਹੁੰਦੀ ਹੈ ਸਾਧ ਸੰਗਤ ਜੀ, ਕਲਪਨਾ ਭੜਕਣਾ ਵੱਧ ਹੀ ਜਾਂਦੀ, ਜਿਉਂ ਜਿਉਂ ਧਨ ਇਕੱਠਾ ਕਰਦੇ ਹੋ ਪਏ, ਮਾਇਕੀ ਪਦਾਰਥਾਂ ਇਕੱਠੀਆਂ ਕਰਦੇ ਹੋ ਪਏ, ਕਲਪਨਾ ਭੜਕਣਾ ਵੱਧ ਹੀ ਹੈ ਸਾਧ ਸੰਗਤ ਚ। ਹੁਣ ਤੇ ਖਤਮ ਸੀ ਨਾ, ਪਰ ਸਗੋਂ ਵੱਧ ਹੀ ਆ ਪਈ। ਇਸ ਵਾਸਤੇ ਆਪਾਂ ਨੇ ਤੁਹਾਡੇ ਇਤਿਹਾਸ ਰੱਖਿਆ, ਇੱਕ ਰਾਜ ਤੇ ਰਹਿੰਦਾ ਹੋਇਆ ਸੂਰਾਂ ਦੇ ਮਗਰ ਗੰਦਗੀ ਦੇ ਵਿੱਚ ਤੁਰਿਆ ਫਿਰਦਾ, ਪਰ ਆਂਦਾ ਧਰਮ ਨਾ ਕਿਤੇ ਛੀਣ ਹੋ ਜਾਏ ਸਾਧ ਸੰਗਤ।
ਧਰਮ ਨਾ ਨਾਸ ਹੋ ਜਾਏ ਕਿਤੇ। ਮੁਰਦੇ ਫੁਕਾਵੇ ਪਾਵੇ ਜੋ ਜਾਰਾ ਹੈ। ਦੂਜੀ ਜੁਟਕੀ ਲਾਈ ਸੀ ਕਾਲੀ ਚੰਡਾਲ ਨੇ ਸ਼ਮਸ਼ਾਨ ਭੂਮੀ ਤੇ, ਭੀ ਜਿਹੜਾ ਵੀ ਆਵੇ ਇੱਥੇ ਮੁਰਦਾ ਫੂਕਣ ਦੇ ਵਾਸਤੇ 100 ਰੁਪਇਆ ਲੈ ਲੈਣਾ ਤੇ ਉਹਨੂੰ ਫੂਕਣ ਦੇਣਾ, ਉਹ ਦੂਜਾ ਕੰਮ ਇਹ ਕਰਦਾ ਪਿਆ। ਕਾਲੀਏ ਚੰਡਾਲੇ ਆਗੇ ਸੂ ਤਾਰ ਹੈ। ਜੋ ਉਥੋਂ ਆਮਦਨ ਹੁੰਦੀ ਹੈ, ਜੋ ਉਥੋਂ ਕਮਾਈ ਹੁੰਦੀ ਹੈ, ਐਨ ਇਮਾਨਦਾਰੀ ਦੇ ਨਾਲ ਜਾ ਕੇ ਆਪਣੇ ਮਾਲਕ ਕਾਲੀਏ ਚੰਡਾਲ ਨੂੰ ਜਾ ਕੇ ਦੇ ਦਿੰਦਾ ਹੈ। ਰਹਿਣ ਦਿਨ ਭਗਤੀ ਭਜਨ ਕਰ ਹੈ। ਪਰ ਦਿਨ ਰਾਤ ਸਬਰ ਸੁਖ ਰੱਖਿਆ ਸਾਧ ਚ, ਉਸ ਸਬਰ ਤੇ ਸੰਤੋਖ ਦੇ ਨਾਲ ਰਾਜੇ ਦੀ ਉਸ ਕਾਲੀ ਚਨਾਲ ਦੀ ਸੇਵਾ ਕਰਦਾ ਪਿਆ ਤੇ ਬੰਦਗੀ ਕਰਦਾ ਪਿਆ, ਸਿਮਰਨ ਕਰਦਾ ਪਿਆ ਸਾਧ ਸੰਗਤ ਜੀ। ਘਾਟ ਪਾਰ ਦਾਣੇ ਜੋ ਗਿਰੇ ਪਾਏ ਹੈ। ਅੱਗੇ ਹੋਰ ਕਮਾਲ ਸੁਣੋ ਸਾਧ ਸੰਗਤ ਜੀ। ਕਹਿੰਦੇ ਨੇ ਘਾਟ, ਕਹਿੰਦੇ ਨੇ ਰਸਤੇ ਨੂੰ ਸਾਧ ਸੰਗਤ ਜੀ। ਕਿਤੇ ਨਾ ਰਸਤਿਆਂ ਦੇ ਵਿੱਚ ਨਾ, ਕਿਉਂਕਿ ਸਮੇਂ ਕਿਸ ਤਰ੍ਹਾਂ ਦੇ ਸਨ, ਆਪਾਂ ਬੈਲ ਗੱਡੀਆਂ ਤੇ ਨਾ ਆਪਣਾ ਅਨਾਜ ਖੜਿਆ ਕਰਦੇ ਸੀ, ਇਸ ਤਰ੍ਹਾਂ ਸਾਧਨ ਥੋੜੇ ਸਨ। ਉਹ ਕੋਈ ਨਾ ਕੋਈ ਦਾਣੇ ਡਿੱਗ ਪੈਂਦੇ ਨੇ ਸਾਧ ਸੰਗਤ ਜੀ, ਉਹਨੇ ਉਹ ਦਾਣੇ ਇਕੱਠੇ ਕਰ ਲੈਣੇ ਰਾਜੇ ਹਰੀ ਚੰਦ ਨੇ, ਉਹਨਾਂ ਦੇ ਨਾਲ ਆਪਣੀ ਉਪਜੀਵਕਾ ਆਪਣੇ ਪੇਟ ਪਾਲਣਾ ਕਰਨੀ। ਚੁਣ ਚੁਣ ਕਰ ਨਿਤ ਸੂ ਖਾਏ ਹੈ। ਜਿੱਥੇ ਵੇਖਣੇ ਦਾਣਾ ਕੋਈ ਡਿੱਗਿਆ ਪਿਆ ਹੈ, ਜਿੱਥੇ ਵੇਖਿਆ ਕੋਈ ਦਾਣਾ ਪਿਆ ਹੈ, ਉਹਨੂੰ ਫੜ ਲੈਣਾ ਤੇ ਆਪਣੀ ਉਪਜੀਵਿਕਾ ਤੋਰਨੀ। ਕਾਲੀਏ ਦੁਕਾਨ ਜੋ ਰਾਖੀ ਸੌਂਪ ਥੀ। ਜੋ ਉਸ ਕਾਲੀਏ ਚੰਡਾਲ ਨੇ ਇਹ ਦੁਕਾਨ ਸ਼ਮਸ਼ਾਨ ਭੂਮੀ ਰੱਖੀ ਸੀ, ਉਹਨੂੰ ਸਮਾਈ ਸੀ ਉਹ ਸੇਵਾ ਕਰਨ ਦੇ ਵਾਸਤੇ। ਕਬੂ ਨਾ ਤਾਂ ਤੇ ਕੁਛ ਖਾਇਓ ਕੋਪ ਥੀ। ਕਦੇ ਵੀ ਉੱਥੋਂ ਨੀ ਖਾਂਦਾ ਸਾਧ ਸੰਗਤ ਚ, ਅਵਸਥਾ ਇੰਨੀ ਉੱਚੀ ਹੈ ਗੁਰਦੇ, ਇੰਨੀ ਅਵਸਥਾ ਉੱਚੀ ਸਾਧ ਸੰਗਤ ਭਾਵ ਕਾਰਨ ਕੀ, ਕਿਉਂ ਨੀ ਖਾਂਦਾ ਸਾਧ ਸੰਗਤ ਚ? ਮੈਂ ਤੁਹਾਨੂੰ ਅਭਿਆਸੀ ਪੁਰਸ਼ਾਂ ਦੀ ਇੱਕ ਗੱਲ ਸੁਣਾਵਾਂਗਾ, ਇੱਕ ਐਗਜ਼ਾਮਪਲ ਦਿਆਂਗਾ ਸਾਧ ਸੰਗਤ ਚ। ਉਹ ਉੱਥੇ ਸੇਵਾ ਕਰਦਾ ਪਿਆ, ਜੋ ਉੱਥੋਂ ਧਨ ਮਿਲਦਾ ਪਿਆ, ਦਿਹਾੜੀ ਚ ਇੱਕ ਮੁਰਦਾ ਸਾੜਦਾ, ਦੋ ਸਾੜਦਾ, ਚਾਰ ਆ ਜਾਂਦੇ ਨੇ, ਇਹ ਤੁਹਾਡੇ ਸਾਹਮਣੇ ਵਿੰਦੀ, ਤੁਸੀਂ ਇਹਨਾਂ ਥਾਵਾਂ ਤੇ ਜਾਂਦੇ ਹੀ ਹੋ, ਕੀ ਹੁੰਦਾ? ਭਾਵ ਜੋ ਮਿਲਦਾ ਉਹ ਜਾ ਕੇ ਕਾਲੀ ਚੰਡਾਲ ਨੂੰ ਦੇ ਦਿੰਦਾ ਤੇ ਆਪ ਆਪਣੀ ਰੋਟੀ ਆਪਣੀ ਉਪਜੀਵਿਕਾ ਜਿਹੜੇ ਕੋਈ ਦਾਣੇ ਰਸਤੇ ਪਏ ਨੇ ਚੁਣ ਚੁਣ ਕੇ ਉਹ ਖਾ ਕੇ ਆਪਣਾ ਗੁਜ਼ਾਰਾ ਕਰਦਾ, ਉਹ ਕਾਲੀ ਚੰਡਾਲ ਕੋਲ ਲੈ ਕੇ ਨਹੀਂ ਖਾਂਦਾ। ਮਤ ਮੇਰੀ ਕਾਲਣਾ ਇਸੀ ਮੈਂ ਜਾਏ ਹੈ। ਇਹਦੇ ਵਿੱਚ ਮੇਰੀ ਮਤ ਖਰਾਬ ਹੋ ਜਾਏਗੀ ਸਾਧ ਸੰਗਤ ਚ, ਆਪਾਂ ਪਰਵਾਹ ਨਹੀਂ ਪਏ ਕਰਦੇ ਸਾਧ ਸੰਗਤ ਚ, ਜੇ ਮੈਂ ਇਹਦਾ ਲੈ ਕੇ ਖਾ ਲਿਆ, ਕਿਉਂਕਿ ਇਹਦਾ ਵਿਹਾਰ ਚੰਗਾ ਨਹੀਂ ਸਾਧ ਸੰਗਤ ਚ, ਇਹਦਾ ਵਿਹਾਰ ਨਹੀਂ ਚੰਗਾ ਗੁਰੂ ਦੇ ਪਿਆਰੇ। ਮੈਂ ਅਰਜ ਕੀਤੀ ਸੀ ਆਪ ਦੇ ਚਰਨ ਦੇ ਵਿੱਚ ਭਈ ਇਹ ਅੱਜ ਸਵਾਲ ਨਾ ਹੁੰਦਾ ਰਹਿੰਦਾ ਸੰਸਾਰ ਦੇ ਵਿੱਚ, ਨਾਮ ਜਪਨੇ ਆ ਬਿਰਤੀ ਨਹੀਂ ਲੱਗਦੀ, ਸੰਗਤ ਚ ਬਹਿੰਦੇ ਆ ਸੁਰਤੀ ਨਹੀਂ ਲੱਗਦੀ, ਬਾਣੀ ਪੜ੍ਹਨੇ ਆ ਸਵਾਦ ਨਹੀਂ ਆਉਂਦਾ। ਸਵਾਲ ਬਹੁਤ ਵਧੀਆ ਸਾਧ ਸੰਗਤ ਜੀ, ਸਵਾਲ ਬਹੁਤ ਵੱਡਾ ਹੈ, ਸਵਾਲ ਬਹੁਤ ਜ਼ਰੂਰੀ ਹੈ, ਪਰ ਜਿੱਥੇ ਵੱਡਾ ਜ਼ਰੂਰੀ ਹੈ ਨਾ ਉੱਥੇ ਹਾਸੋਹੀਣਾ ਵੀ ਹੈ ਸਾਧ ਸੰਗਤ ਜੀ। ਹਾਸੋਹੀਣਾ ਕਿਸ ਤਰ੍ਹਾਂ ਦਾ? ਹਜ਼ੂਰ ਪਾਤਸ਼ਾਹ ਕਹਿੰਦੇ ਨੇ ਬੀਜਾ ਵਿਖ ਮੰਗਾ ਹੈ ਅੰਮ੍ਰਿਤ ਤੇ ਵੇਖੋ ਇਹ ਨਿਆਉ, ਆਪਣੀ ਕਰਤੂਤ ਨਹੀਂ ਵੇਖਦਾ ਮੈਂ ਕਰਨਾ ਕੀ ਹੈ ਸਾਧ ਸੰਗਤ ਚ, ਤੇ ਨਾ ਰਸ ਕਿਹਦਾ ਲੈਣਾ ਚਾਹੁੰਦਾ? ਨਾਮ ਦਾ, ਬਾਣੀ ਦਾ, ਸਤਸੰਗ ਦਾ ਰਸ ਲੈਣਾ ਚਾਹੁੰਦਾ ਸਾਧ ਸੰਗਤ। ਇਹ ਤੈਨੂੰ ਸੁਣੋ ਇੱਕ ਪ੍ਰਮਾਣ ਸਾਧ ਸੰਗਤ ਚ। ਇੱਕ ਸਾਧੂ, ਕਿਉਂਕਿ ਪੇਟ ਸਭ ਨੂੰ ਮਜਬੂਰ ਕਰ ਦਿੰਦਾ ਸਾਧ ਸੰਗਤ ਚ, ਰਾਜਾ ਪਰਥਰੀ ਇਹਨੇ 361 ਵਿਆਹ ਕੀਤੇ ਸਾਧ ਸੰਗਤ ਚ, 361 ਵਿਆਹ ਛੱਡ ਕੇ ਫਕੀਰ ਹੋ ਗਿਆ, ਫਿਰ ਕਿਤੇ ਰੱਖਾਂਗਾ ਕਿਵੇਂ, ਫਕੀਰ ਹੋ ਗਿਆ ਸਾਧ ਸੰਗਤ। ਜਦੋਂ ਫਕੀਰ ਹੋ ਗਿਆ, ਗੰਗਾ ਦੇ ਕਿਨਾਰੇ ਤੇ ਜਾ ਕੇ ਗੰਗਾ ਦੀ ਪਟੜੀ ਤੇ ਬੈਠ ਕੇ ਲੱਗਾ ਫਿਰ ਘੋਰ ਤਪ ਕਰ, ਪ੍ਰਭੂ ਪ੍ਰਤੱਖ ਕਰਤਾ ਸਾਧ ਸੰਗਤ। ਜਦੋਂ ਭਗਵਾਨ ਦੇ ਦਰਸ਼ਨ ਹੋ ਗਏ ਨਾ, ਕਹਿੰਦਾ ਆ ਬ੍ਰਹਮਾ ਤੂੰ ਬਹੁਤ ਉਜੱਡ ਹੈ, ਉਜੱਡ ਖਿਮਾ ਕਰਨਾ ਸਾਧ ਸੰਗਤ ਚ, ਤੂੰ ਬਹੁਤ ਅਨੀਤੀ ਕੀਤੀ ਹੈ, ਚੰਗਾ ਨਹੀਂ ਕੀਤਾ। ਆਕਾਸ਼ ਬਾਣੀ ਹੋਈ, ਐ ਤਪੱਸੀ ਉਪਜੈ ਵਾਕ ਸਤ ਕਰ ਅਤ ਦਇਆ ਦਾਨ ਕਰ ਧਰਮ ਵਧਾ ਨਿਤ, ਇਸ ਧਰਮ ਖਿਮਾ ਕੇ ਸੰਗਾ ਤੇ ਧਰਮ ਕ੍ਰੋਧ ਕਰ ਹੋ ਤੇ ਵਿਭੰਗਾ। ਸਾਧ ਸੰਗਤ ਜੀ, ਸ਼ਾਸਤਰ ਦਾ ਮਤ ਹੈ ਗੁਰੂ ਦੇ ਪਿਆਰੇ, ਧਰਮ ਪੈਦਾ ਕਿੱਥੇ ਹੁੰਦਾ? ਸੱਚ ਬੋਲਣ ਕਰਕੇ। ਸਾਧ ਸੰਗਤ ਜੀ, ਜਿੰਨਾ ਮਰਜ਼ੀ ਆ ਨਾਮ ਜਪੀ ਜਾਓ, ਖਿਮਾ ਰੱਖਿਓ ਜੇ ਤਕਨੀਕ ਮੇਰੀ ਹੈ, ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਓ, ਜਿੰਨੀ ਮਰਜ਼ੀ ਸਾਧਸੰਗ ਕਰੀ ਜਾਓ, ਜਿੰਨਾ ਮਰਜ਼ੀ ਦਾਨ ਪੁੰਨ ਕਰੀ ਜਾਓ, ਜਿੰਨੀ ਮਰਜ਼ੀ ਤੀਰਥ ਯਾਤਰਾ ਕਰੀ ਜਾਓ, ਸੱਜਣੋ ਜਿੰਨਾ ਚਿਰ ਸੱਚ ਨਹੀਂ ਬੋਲਦੇ ਅੰਤਸ਼ਕਰ ਨੇ ਸ਼ੁੱਧ ਨਹੀਂ ਹੋਣਾ ਸਾਧ ਸੰਗਤ ਚ। ਇਹ ਤੱਤ ਜੇ ਗੁਰੂ ਦੇ ਪਿਆਰੇ, ਸੱਚ ਹੀ ਛੱਡ ਬੈਠੇ ਸਾਧ ਸੰਗਤ ਚ, ਹੋਰਨਾਂ ਗੱਲਾਂ ਤੇ ਜ਼ੋਰ ਪਾਉਣ ਡਏ ਆ, ਸੱਚ ਦਾ ਤਿਆਗ ਕਰਨ ਡਿਆ, ਅੰਤਸ਼ਕਰ ਨੇ ਕਦੇ ਸ਼ੁੱਧ ਨਹੀਂ ਹੋਣਾ ਗੁਰੂ ਦੇ ਪਿਆਰੇ, ਲੱਖ ਯਤਨ ਕਰ ਲਓ ਤੁਸੀਂ ਸਾਧ ਸੰਗਤ। ਇਹਦਾ ਪ੍ਰਮਾਣ ਦੇਣਾ ਤੁਹਾਨੂੰ,
ਅੱਜ ਤੁਸੀਂ ਜਿੰਨਾ ਸੰਸਾਰ ਦੇ ਲੋਕ ਨਾਮ ਜਪਦੇ ਨੇ ਪਏ, ਬਾਣੀ ਪੜ੍ਹਦੇ ਨੇ ਪਏ, ਕਥਾ ਕੀਰਤਨ ਸੁਣਦੇ ਨੇ ਪਏ, ਅਥਵਾ ਕਰਮ ਧਰਮ ਕਰਦੇ ਨੇ ਪਏ, ਪਾਠ ਪੂਜਾ ਕਰਦੇ ਨੇ ਪਏ, ਸੰਤ ਮਹਾਤਮਾ ਫਿਰਦੇ ਨੇ ਪਏ, ਉਹ ਧਰਮ ਦੇ ਪ੍ਰਚਾਰ ਕਰਦੇ ਫਿਰਦੇ ਨੇ ਪਏ, ਕੋਈ ਅੰਤ ਹੈ ਕਿਸੇ ਗੱਲ ਦਾ? ਇੱਕ ਪਾਸੇ ਸਾਡੀ ਗੌਰਮੈਂਟ ਹੈ ਪ੍ਰਾਇਮਰੀ ਵਿਦਿਆ, ਮਿਡਲ ਵਿਦਿਆ, ਹਾਈ ਵਿਦਿਆ, ਕਾਲਜ ਤਿਆਰ ਕਰਦੀ ਹੈ ਸਾਧ ਸੰਗਤ ਜੀ। ਉਹਨਾਂ ਦੇ ਵਿੱਚ ਅਸੀਂ ਰਾਗੀ, ਢਾਡੀ, ਗੁਣੀ, ਗਿਆਨੀ, ਪ੍ਰਚਾਰਕ, FA MA BA ਦੀਆਂ ਡਿਗਰੀਆਂ ਪ੍ਰਾਪਤ ਕਰਨੀਆਂ ਪਏ, ਜਿਉਂ ਜਿਉਂ ਡਿਗਰੀਆਂ ਪ੍ਰਾਪਤ ਕਰਨੀਆਂ ਪਏ, ਜਿਉਂ ਜਿਉਂ ਤਾਲੀਮਾਂ ਪ੍ਰਾਪਤ ਕਰਨੀਆਂ ਪਏ, ਜੀਵਨ ਭ੍ਰਿਸ਼ਟਿਆ ਜਾਂਦਾ ਪਿਆ ਸਾਧ ਸੰਗਤ ਚ। ਕਿਤਨਾ ਕਮਾਲ ਹੈ, ਜੀਵਨ ਭ੍ਰਿਸ਼ਟਿਆ ਜਾਂਦਾ ਪਿਆ ਸਾਧ ਸੰਗਤ ਚ। ਕਿਉਂ? ਸੱਚ ਛੱਡ ਬੈਠੇ ਸਾਧ ਸੰਗਤ ਚ, ਤਿਆਗ ਕਰ ਬੈਠਾ ਗੁਰੂ ਦੇ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ, ਸ਼ਾਸਤਰ ਕਹਿੰਦਾ ਧਰਮ ਦੀ ਪੈਦਾਸ਼ ਕਿੱਥੇ ਹੈ? ਜਦੋਂ ਸੱਚ ਬੋਲੋਗੇ ਸਾਧ ਸੰਗਤ ਜੀ। ਉਪਜੈ ਵਾਕ ਸਤ ਕਰ ਅਤ, ਧਰਮ ਵਾਧਾ, ਧਰਮ ਦਾ ਵਾਧਾ ਕਦੋਂ ਹੁੰਦਾ? ਦਇਆ ਤੇ ਦਾਨ ਕਰਕੇ ਸਾਧ ਸੰਗਤ ਜੀ। ਧਰਮ ਰਹਿੰਦਾ ਕਿੱਥੇ ਹੈ? ਖਿਮਾ ਦੇ ਵਿੱਚ। ਧਰਮ ਦਾ ਨਾਸ ਕਦੋਂ ਹੁੰਦਾ? ਜਦੋਂ ਕ੍ਰੋਧ ਕਰਦੇ ਹੋ ਸਾਧ ਸੰਗਤ ਜੀ, ਧਰਮ ਦਾ ਨਾਸ ਹੋ ਜਾਂਦਾ ਗੁਰੂ ਦੇ। ਆਕਾਸ਼ ਬਾਣੀ ਕਹਿੰਦੀ ਹੈ ਐ ਪਰਸਰੀ, ਕ੍ਰੋਧ ਨਾ ਕਰ, ਤੇਰਾ ਧਰਮ ਨਾਸ ਹੋ ਜਾਏਗਾ ਸਾਧ ਸੰਗਤ ਜੀ। ਕਹਿੰਦਾ ਕਿਉਂ ਨਾ ਕ੍ਰੋਧ ਕਰਾਂ ਮੈਂ? ਤੂੰ ਕਿਹੜਾ ਮਾੜਾ, ਤੂੰ ਕਿਹੜਾ ਚੰਗਾ ਕੀਤਾ? ਕਹਿੰਦਾ ਮੈਂ ਮਾੜਾ ਕਿਹੜਾ ਕੀਤਾ? ਹਾਂ, ਕਹਿੰਦਾ ਮਾੜਾ ਕੀਤਾ। ਤੂੰ ਕੀ ਮਾੜਾ ਕੀਤਾ? ਕਹਿੰਦਾ ਮਾੜਾ ਹੀ ਕੀਤਾ ਜਿਹੜਾ ਤੂੰ ਸਾਧੂ ਸੰਤਾ ਮਹਾਤਮਾ ਨੂੰ ਪੇਟ ਲਾ ਦਿੱਤਾ ਸਾਧ ਸੰਗਤ, ਮਾੜਾ ਕੀਤਾ। ਜੇ ਇਹਨਾਂ ਨੂੰ ਪੇਟ ਨਾ ਲੱਗਾ ਹੁੰਦਾ, ਘਰ ਛੱਡ ਦਿੱਤਾ, ਸੰਸਾਰ ਦੇ ਸੁੱਖ ਛੱਡ ਦਿੱਤੇ ਨੇ, ਸਰੀਰ ਦੇ ਸੁੱਖ ਛੱਡ ਦਿੱਤੇ ਨੇ, ਉਜਾੜ ਬੀਆ ਬਾਣ ਚ ਬੈਠ ਕੇ ਪ੍ਰਭੂ ਦੀ ਭਗਤੀ ਕੀਤੀ ਹੈ, ਕਰਦੇ ਨੇ ਪਏ, ਤੇ ਪੇਟ ਫਿਰ ਮਸਾਜ ਕਰ ਦਿੰਦਾ ਸਾਧ ਸੰਗਤ। ਜੇ ਪੇਟ ਨਾ ਲੱਗਾ ਹੁੰਦਾ, ਜਿੱਥੇ ਮਰਜ਼ੀ ਬਹਿ ਕੇ ਭਗਵਾਨ ਦਾ ਸਿਮਰਨ ਕਰਦੇ, ਕਿਸੇ ਦੇ ਮਸਾਜ ਹੀ ਨਾ ਕਰਦੇ, ਪੇਟ ਸਭ ਨੂੰ ਮਸਾਜ ਕਰ ਦਿੰਦਾ ਸਾਧ ਸੰਗਤ। ਆਕਾਸ਼ ਬਾਣੀ ਕਹਿੰਦੀ ਆ ਪਰਸਰੀ, ਇਹ ਮੈਂ ਠੀਕ ਕੀਤਾ। ਕਹਿੰਦਾ ਕੀ ਠੀਕ ਕੀਤਾ? ਕਹਿੰਦਾ ਠੀਕ ਹੈ ਕੀਤਾ, ਜੇ ਇਹਨਾਂ ਨੂੰ ਪੇਟ ਲੈਣਾ ਹੁੰਦਾ ਤੇ ਇਹਨਾਂ ਨੇ ਗ੍ਰਿਸਤੀਆਂ ਦਾ ਭਲਾ ਨਹੀਂ ਸੀ ਕਰਨਾ ਸਾਧ ਸੰਗਤ ਜੀ। ਜੇ ਇਹਨਾਂ ਨੂੰ ਪੇਟ ਲਾਇਆ, ਇਹ ਦਰ ਦਰ ਘਰ ਘਰ ਜਾਂਦੇ ਨੇ, ਜਾ ਕੇ ਗ੍ਰਿਸਤੀਆਂ ਦਾ ਭਲਾ ਕਰਦੇ ਨੇ ਗੁਰੂ ਦੇ ਪਿਆਰ। ਪਰ ਇੱਥੇ ਲਾਜਵਾਬ ਹੋ ਗਿਆ ਸਾਧ ਸੰਗਤ। ਮੈਂ ਕਰਦਾ ਸੀ ਪਿਆ, ਇੱਕ ਸਾਧੂ ਸਾਧ ਸੰਗਤ ਜੀ, ਉਹ ਆਪਣੇ ਆਸ਼ਰਮ ਤੋਂ ਚੱਲ ਪਿਆ, ਅੱਗੇ ਇੱਕ ਨਗਰ ਆ ਗਿਆ। ਨਗਰ ਦੇ ਬਾਰ ਬਾਰ ਪਿੰਡ ਦੇ ਬੱਚੇ ਖਲੋਤੇ ਸਨ ਸਾਧ ਸੰਗਤ ਚ। ਉਹਨਾਂ ਨੂੰ ਕਹਿੰਦਾ ਕਾਕਾ, ਤੁਹਾਡੇ ਪਿੰਡ ਚ ਕੋਈ ਮੁਸਾਫਰਖਾਨਾ ਹੈ ਕੋਈ? ਉਹ ਬੱਚੇ ਨਾ ਸਾਰੇ ਇੱਕ ਦੂਜੇ ਮੂੰਹ ਵੱਲ ਵੇਖਣ ਲੱਗ ਪਏ। ਵੇਖ ਵੇਖ ਕੇ ਨਾ ਕਹਿੰਦੇ ਮੁਸਾਫਰਖਾਨਾ ਸਾਡੇ ਪਿੰਡ ਚ ਕੋਈ ਨੀ ਜੀ, ਮੁਸਾਫਰਖਾਨਾ ਕੋਈ ਨੀ ਸਾਧ ਸੰਗਤ ਚ। ਕਹਿੰਦਾ ਫਿਰ ਮੈਂ ਰਾਤ ਬਤੀਤ ਕਰਨੀ ਹੈ। ਉਹ ਬੱਚੇ ਇੱਕ ਦੂਜੇ ਨੂੰ ਵੇਖ ਕੇ ਨਾ ਵੇਖਦੇ 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 ਸੋਚਦੇ ਸੋਚਦੇ ਕਹਿੰਦੇ ਨੇ ਹਾਂ, ਉਹ ਇੱਕ ਬੁੱਢੀ ਮਾਤਾ ਹੈ, ਉਹ ਆਏਗਾ ਇਹਨੂੰ ਨਾ ਉਹਨੂੰ ਮਾਨਤਾ ਦਿੰਦੀ ਹੈ ਸਾਧ ਸੰਗਤ ਚ, ਸਤਿਕਾਰ ਕਰਦੀ ਹੈ। ਕਿਉਂਕਿ ਘਰਾਂ ਦੇ ਵਿੱਚ ਟੱਬਰਾਂ ਦੇ ਵਿੱਚ ਜਿਹੜਾ ਜੀ ਸੇਵਾ ਕਰਦਾ ਨਾ, ਉਹ ਸਾਧ ਸੰਗਤ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਪਿੰਡ ਸ਼ਹਿਰ ਚ ਉਹ ਮਸ਼ਹੂਰ ਹੋ ਜਾਂਦਾ ਸਾਧ ਸੰਗਤ ਚ, ਜਿਹੜਾ ਇੱਕ ਟੱਬਰ ਚ ਸੇਵਾ ਕਰਦਾ। ਜਿਹੜਾ ਇੱਕ ਟੱਬਰ ਪਿੰਡ ਦੇ ਵਿੱਚ ਗਲੀ ਮਹੱਲੇ ਚ ਸੇਵਾ ਕਰਦਾ, ਉਹ ਸਾਰੇ ਪਿੰਡ ਚ ਮਸ਼ਹੂਰ ਹੋ ਜਾਂਦਾ, ਫਲਾਣਾ ਘਰ ਜਿਹੜਾ ਉਹ ਆਏਗਾ ਦੀ ਸੇਵਾ ਕਰਦਾ ਸਾਧ ਸੰਗਤ ਚ। ਇਹ ਤੁਹਾਡੀਆਂ ਗੱਲਾਂ ਨੀ ਗੁਰੂ ਦੇ ਪਿਆਰੇ, ਸਾਰੇ ਲੋਕੀ ਆਖਣ ਲੱਗ ਪੈਂਦੇ ਨੇ ਓਏ ਫਲਾਣਾ ਬੜੀ ਸੇਵਾ ਕਰਦਾ। ਉਹ ਜਿਹੜਾ ਫਲਾਣਾ ਦਾ ਮੁੰਡਾ ਹੈ ਨਾ, ਚਾਰ ਮੁੰਡੇ ਹੋਣ, ਉਹਨਾਂ ਚੋਂ ਮੁੰਡਿਆਂ ਦੇ ਵਿੱਚ ਇੱਕ ਮੁੰਡਾ ਜਾ ਕੇ ਸਾਧ ਸੰਗਤ ਸੇਵਾ ਕਰੇ, ਆਂਦੇ ਨੇ ਉਹ ਫਲਾਣਾ ਮੁੰਡਾ ਬੜੀ ਸੇਵਾ ਕਰਦਾ ਜਾ ਕੇ ਸਾਧ ਸੰਗਤ ਚ, ਦੂਜਿਆਂ ਦਾ ਨਾਂ ਹੀ ਨੀ ਕੋਈ ਲੈਂਦਾ ਗੁਰੂ ਦੇ ਪਿਆਰੇ। ਉਹ ਬੱਚੇ ਕਹਿੰਦੇ ਨੇ ਉਹ ਜਿਹੜੀ ਬਿਰਧ ਮਾਤਾ ਨਾ, ਉਹ ਆਏਗੀ ਇਹਨੂੰ ਥਾਂ ਦਿੰਦੀ ਹੈ ਸਾਧ ਸੰਗਤ ਚ। ਕਹਿੰਦੇ ਨੇ ਹਾਂ ਸੰਜੇ, ਸਾਨੂੰ ਥਾਂ ਯਾਦ ਆ ਗਿਆ। ਇਹ ਕਿਹੜਾ ਪੁੱਤ? ਖਿਆਲ ਤੋਂ ਦੱਸਦੇ ਆ। ਬੱਚੇ ਅੱਗੇ ਅੱਗੇ ਲੱਗ ਗਏ ਸਾਧ ਸੰਗਤ ਚ, ਬੱਚੇ ਅੱਗੇ ਲੱਗਦੇ, ਸਾਧੂ ਪਿੱਛੇ ਚੱਲ ਗਿਆ। ਉਹਨੇ ਜਾ ਕੇ ਦਰਵਾਜ਼ਾ ਖੜਕਾਇਆ, ਅੱਗੋਂ ਆਵਾਜ਼ ਆਈ ਕੌਣ ਹੈ? ਕਹਿੰਦੇ ਮਾਂ ਜੀ ਸੰਤ ਆਏ ਨੇ। ਮਾਂ ਨੂੰ ਚਾਹ ਚੜ ਗਿਆ ਸਾਧ ਸੰਗਤ ਚ, ਚਾਹ ਚੜ ਗਿਆ, ਧੰਨ ਭਾਗ ਆਸਨ ਗ੍ਰਹਿਣ ਕਰਾਇਆ, ਬੈਠੇ ਯਥਾ ਯੋਗ ਸੇਵਾ ਕੀਤੀ, ਲੰਗਰ ਛਕਾਇਆ, ਸਾਧੂ ਮਹਾਤਮਾ ਬਰਾਜ ਗਏ ਸਾਧ ਸੰਗਤ ਚ, ਖੂਬ ਭਗਵਾਨ ਦਾ ਤਪ ਕੀਤਾ ਸਾਧ ਸੰਗਤ ਚ, ਬੰਦਗੀ ਕੀਤੀ। ਦਿਨ ਚੜਿਆ, ਸੰਤ ਮਹਾਤਮਾ ਕਹਿੰਦੇ ਅੱਛਾ ਮਾਂ ਜੀ ਸਾਧ ਚੱਲਦੇ ਪਲੇ, ਨਗਰੀ ਵਸਦੀ ਪਲੇ। ਮਾਂ ਕਹਿੰਦੀ ਹੈ ਸੰਤ ਜੀ ਮੈਂ ਗਰੀਬਣੀ ਆ, ਤਾਂ ਕਰਕੇ ਛੇਤੀ ਤੁਰ ਪਏ। ਸੰਤਾਂ ਨੂੰ ਫਿਰ ਅੰਦਰ 7 ਵਜੇ ਸਾਧ ਸੰਗਤ ਚ। ਕਹਿੰਦੇ ਅੱਛਾ, ਫਿਰ ਉੱਥੇ ਆਸਣ ਲਾ ਲਿਆ ਸਾਧ ਸੰਗਤ ਚ। ਮਾਂ ਨੇ ਸੇਵਾ ਸਤਿਕਾਰ ਕੀਤਾ, ਸੇਵਾ ਸਤਿਕਾਰ ਕਰਕੇ 8 ਪੈਰ ਬਤੀਤ ਹੋਏ। ਜਦੋਂ ਸੰਤ ਫਿਰ ਆਖੇ ਨਾ ਵੀ ਸਾਧੂ ਚੱਲਦੇ ਭਲੇ, ਨਗਰੀ ਵਸਦੀ ਭਲੇ, ਮਾਂ ਕਹਿੰਦੀ ਹੈ ਸੰਤ ਜੀ ਤੁਹਾਡੇ ਕੋਲ ਮੇਰਾ ਦਿਲ ਨਹੀਂ ਲੱਗਦਾ, ਇੱਥੇ ਤੁਹਾਡੇ ਕੋਲ ਅੰਦਰ ਖਿੱਚੀ ਸੀ ਸਾਧ ਸੰਗਤ। ਸੰਤਾਂ ਨੂੰ ਫਿਰ ਪਤਾ ਲੱਗਿਆ ਵੀ ਮਾਂ ਦੇ ਅੰਦਰ ਕੁਛ ਹੋ ਰਿਹਾ, ਪਿਆਰ ਪ੍ਰੇਮ ਸਾਧ ਸੰਗਤ ਤੇ ਅੱਗੇ ਮਰੇ ਹੁੰਦੇ ਨੇ ਸਾਧ ਸੰਗਤ ਚ, ਹੋਵੇ ਸੰਤ ਗੁਰੂ ਦੇ ਪਿਆਰੇ, ਸਵਾਦੂ ਨਾ ਹੋਵੇ ਸਾਧ ਸੰਗਤ।
ਹੋਵੇ ਸੰਤ ਗੁਰੂ ਦੇ। ਕਹਿੰਦੇ ਨੇ ਗੁੱਛਾ ਹੋਏ ਤਰਭੋਨਿਆ ਕੋਈ ਬੁੜੀਆ ਦੱਖ ਹੈ, ਅੱਕੇ ਕੇਰੀ ਖੱਖੜੀ ਕੋਈ ਅੰਬਣ ਅੱਖ ਹੈ, ਗਹਿਣੇ ਜੂ ਜ਼ਰ ਪੁੱਛਦੇ ਨੀ ਸੋਈ ਨੀ ਸੱਖ ਹੈ, ਫਟਕ ਨਾ ਪੂਜਾ ਹੀਰਿਆਂ ਹੋਏ ਭਰੇ ਬੇ ਅੱਖ ਹੈ, ਧੌਲੇ ਦਿਸਣ ਸ਼ਾਹੇ ਦੁੱਧ ਸਾਧੋ ਗੁਣ ਗਾਖ ਹੈ, ਤਿਉਂ ਸਾਧ ਅਸਾਧ ਪਰਖੀਣ ਕਰਤੂਤ ਸੋ ਪਾਖ ਹੈ। ਸਾਧ ਸੰਗਤ ਜੀ ਬਾਣੀ ਤਾਂ ਸਾਰਿਆਂ ਪਾਏ ਨੇ ਗੁਰੂ ਦੇ ਪਿਆਰੇ, ਹੋ ਪਹਿਰਾਵੇ ਤਾਂ ਸਾਰਿਆਂ ਪਾਏ ਨੇ, ਪਰ ਕਿਸੇ ਦੀ ਕਰਤੂਤ ਤੋਂ ਪਤਾ ਲੱਗਦਾ ਹੈ, ਇਹ ਸੰਤੇ ਕੇ ਸੰਤੇ ਸਾਧ ਸੰਗਤ ਜੀ ਉਹਦੇ ਕੰਮ ਤੋਂ ਪਤਾ ਲੱਗਦਾ। ਕਹਿੰਦੇ ਨੇ ਗੁੱਛਾ ਹੋਏ ਤਰਕੋਨਿਆ ਕੋਈ ਬੁੜੀਆ ਦੱਖ ਹੈ, ਕੱਚੀ ਦਾਖ ਤੇ ਤਰਕੋਨੇ ਦੀ ਇੱਕ ਸ਼ਕਲ ਹੈ ਸਾਧ ਸੰਗਤ ਚ, ਪਰ ਜਦੋਂ ਤੁਸਾਂ ਤਰਕੋਨਾ ਮੂੰਹ ਚ ਪਾਣਾ ਉਹਨੇ ਕੁੜਤਾਂ ਦੇਣੀਆਂ, ਜਿਹੜੀ ਦਾਖ ਉਹਨੇ ਮਿਠਾਸ ਦੇਣੀ। ਹੁਣ ਪਤਾ ਲੱਗਿਆ ਵੀ ਇਹ ਦਾਖ ਹੈ ਤੇ ਤਰਕੋਨਾ ਸਾਧ ਸੰਗਤ ਚ। ਦੋ ਛੰਨੇ ਨੇ, ਇੱਕ ਚ ਦੁੱਧ ਪਾ ਦਿਓ, ਇੱਕ ਚ ਲੱਸੀ ਪਾ ਦਿਓ, ਦੋਵਾਂ ਦੇ ਰੰਗ ਚਿੱਟਾ ਗੁਰੂ ਦੇ ਪਿਆਰੇ, ਕੋਈ ਫਰਕ ਨੀ ਕਰ ਸਕੇਗਾ ਸਾਧ ਸੰਗਤ। ਜਦੋਂ ਉਹਨੂੰ ਚੱਖੋਗੇ ਨਾ ਫਿਰ ਪਤਾ ਲੱਗਣਾ ਵੀ ਇਹ ਚ ਦੁੱਧ ਹੈ, ਇਹਦੇ ਚ ਲੱਸੀ ਹੈ ਸਾਧ ਸੰਗਤ ਚ। ਆ ਤੁਸੀਂ ਵੇਖਦੇ ਹੋ ਦੁਕਾਨਦਾਰਾਂ ਨੇ ਆਪਣੇ ਪਿੱਤਲ ਨੂੰ ਰੰਗ ਚਾੜਿਆ, ਸੋਨੇ ਦਾ ਰੰਗ ਚਾੜਿਆ ਸਾਧ ਸੰਗਤ ਚ, ਦੂਰੋਂ ਇਸ ਤਰ੍ਹਾਂ ਪਤਾ ਲੱਗਦਾ ਭਾਈ ਦੁਕਾਨਦਾਰ ਨੇ ਸਾਰੀ ਦੁਨੀਆਂ ਦਾ ਸੋਨਾ ਇੱਥੇ ਖਰੀਦ ਕੇ ਲਿਆਂਦਾ। ਤੁਹਾਡਾ ਚਿੱਤ ਕਰਦਾ ਵੀ ਉੱਥੋਂ ਆਪਣੇ ਬੱਚੀਆਂ ਬੱਚਿਆਂ ਵਾਸਤੇ ਜੇਵਰ ਖਰੀਦ ਲਈਏ, ਉਹ ਜਦੋਂ ਜੇਵਰ ਖਰੀਦ ਲੈਂਦੇ ਹੋ ਨਾ ਆਪਣੇ ਘਰ ਲੈ ਆਉਂਦੇ ਹੋ, ਉਹਨੂੰ ਗਲ ਚ ਪਾਉਂਦੇ ਹੋ, ਉਹਨੂੰ ਕੰਨ ਚ ਪਾਉਂਦੇ ਹੋ, ਉਦੋਂ ਪਤਾ ਲੱਗ ਜਾਂਦਾ ਜਦੋਂ ਤੁਹਾਡਾ ਕਾਲਾ ਕਰਨ ਲੱਗ ਪੈਂਦਾ ਸਾਧ ਸੰਗਤ ਚ। ਹੁਣ ਪਤਾ ਲੱਗਿਆ ਵੀ ਤਾਂ ਨਿਕਲ ਕੀਤਾ ਸੀ ਗੁਰੂ ਦੇ ਪਿਆਰੇ, ਹੁਣ ਪਤਾ ਲੱਗਿਆ ਸਾਧ ਸੰਗਤ। ਇਸ ਤਰ੍ਹਾਂ ਸਾਧ ਨਾਮ ਨਿਰਮਲ ਤਾਂ ਕੇ ਕਰਮ ਸਾਧ ਸੰਗਤ ਚ, ਸਾਧੂ ਕਿਹੜਾ ਹੈ ਜਿਹਦਾ ਕਰਮ ਨਿਰਮਲ ਹੈ ਗੁਰੂ ਦੇ ਪਿਆਰੇ, ਸਾਧੂ ਫਿਰ ਉਹ ਥੜਕੇਗਾ ਸਾਧ ਸੰਗਤ ਚ। ਉਹ ਮਾਂ ਇੰਨਾ ਪਿਆਰ ਇੰਨਾ ਪ੍ਰੇਮ ਕੀਤਾ, ਮਾਤਾ ਵਿਧਵਾ ਸੀ ਸਾਧ ਸੰਗਤ ਚ, ਲੋਕਾਂ ਦੇ ਬਰਤਨ ਮਾਂਜ ਕੇ, ਲੋਕਾਂ ਦੇ ਬਸਤਰ ਸਾਫ ਕਰਕੇ, ਲੋਕਾਂ ਦੇ ਘਰ ਚ ਬਹੁ ਕੁਰਬਹਾਰੂ ਤੇ ਝਾੜੂ ਫੇਰ ਕੇ ਆਪਣੀ ਜੀਵਿਕਾ ਤੋਰਦੀ ਸੀ ਤੇ ਉਹਦੇ ਵਿੱਚ ਆਏ ਕੇ ਸੇਵਾ ਕਰਦੀ ਸੀ ਸਾਧ ਸੰਗਤ ਚ। ਕਿਤਨਾ ਕਮਾਲ ਹੈ ਗੁਰੂ ਦੇ ਸਜਣੋ। ਇੱਕ ਦੋ ਤਿੰਨ ਦਿਨ ਬਤੀਤ ਹੋ ਗਏ, ਉਹ ਜਿੰਨਾ ਰਾਸ਼ਨ ਸੀ ਨਾ ਸਾਰਾ ਖਾਧਾ ਗਿਆ ਸਾਧ ਸੰਗਤ ਚ। ਸੰਤਾਂ ਦੀ ਸੇਵਾ ਚ ਜਾ ਕੇ ਮਜ਼ਦੂਰੀ ਨਾ ਕੀਤੀ ਗਈ, ਜਿਹੜਾ ਘਰ ਪਦਾ ਸੀ ਮੁੱਕ ਗਿਆ। ਹੁਣ ਮਹਾਂਦਰ ਅੰਦਰ ਅੰਦਰ ਸਬਰ ਸੀ, ਸੰਤੋਖ ਸੀ ਮਹਾਂਦਰ, ਕਹਿੰਦੀ ਕੋਈ ਬਾਤ ਨਹੀਂ ਅੱਜ ਰਾਤ ਆਵੇਗੀ ਨਾ ਤੇ ਰਾਤ ਨੂੰ ਮੈਂ ਸੂਤਰ ਕੱਟ ਕੇ ਨਾ ਤੇ ਦਿਨ ਚਾਰ ਦਿਨ ਨੂੰ ਰਾਸ਼ਨ ਲੈ ਕੇ ਤੇ ਸੰਤਾਂ ਦਾ ਲੰਗਰ ਤਿਆਰ ਕਰ ਦਿਆਂਗੇ। ਲਓ ਸਾਧ ਸੰਗਤ ਜੀ ਰਾਤ ਆ ਗਈ, ਉਹ ਮਾਂ ਨਾ ਜਗਾ ਕੇ ਨਾ ਦੀਵਾ ਲੱਗੀ ਚਰਖਾ ਕੱਤਣ, ਦੀਵੇ ਤੇਲ ਮੁੱਕ ਗਿਆ ਸਾਧ ਸੰਗਤ ਜੀ। ਹੁਣ ਕੀ ਕਰਾਂ, ਇਹਦੇ ਨਾਲ ਤੇ ਬਣਨਾ ਕੁਛ ਨਹੀਂ ਗਾ, ਰਾਸ਼ਨ ਆਉਣਾ ਕੋਈ ਨਹੀਂ ਗਾ। ਹੁਣ ਕਹਿੰਦੀ ਅੱਛਾ ਚੰਦਰਮਾ ਦੀ ਚਾਂਦਨੀ ਹੈ, ਆਪਾਂ ਕੋਠੇ ਤੇ ਚਰਖਾ ਧਰ ਲੈਣੀ। ਤਾਂ ਸਾਧ ਸੰਗਤ ਜੀ ਜਦੋਂ ਚਰਖਾ ਧਰਿਆ ਨਾ ਕੋਠੇ ਤੇ, ਚੰਦਰਮਾ ਵੀ ਡੁੱਬ ਗਿਆ ਸਾਧ ਸੰਗਤ ਚ, ਉਹ ਵੀ ਡੁੱਬ ਗਿਆ। ਕਹਿੰਦੀ ਹੁਣ ਕੀ ਕਰਾਂ, ਇੱਥੇ ਸੂਤਰ ਜੇ ਪੂਰਾ ਨਹੀਂ ਹੋਇਆ ਤੇ ਕਿਵੇਂ ਸਿਵਾ ਸੰਤਾਂ ਦੇ ਲੰਗਰ ਕਿਵੇਂ ਕਰਾਂਗੇ। ਸੋਚ ਕੇ ਇੱਕ ਨਾ ਉਹਦੇ ਆਲੇ ਉਹਦੇ ਗੁਆਂਢ ਇੱਕ ਵੇਸ਼ਵਾ ਦਾ ਘਰ ਸੀ, ਉਹਦਾ ਚੁਬਾਰਾ ਸੀ, ਉਹ ਚੁਬਾਰੇ ਦਾ ਰੋਸ਼ਨਦਾਨ ਦੀ ਲਾਈਟ ਨਾ ਉਹਦੇ ਕੋਠੇ ਤੇ ਪੈਂਦੀ ਸੀ ਵੀ ਸਾਧ ਸੰਗਤ ਚ, ਰੋਸ਼ਨਦਾਨ ਦੀ ਉਹ ਲਾਈਟ ਉਹਦੇ ਕੋਠੇ ਤੇ ਪੈਂਦੀ ਸੀ, ਉਹਨੇ ਉੱਥੇ ਚਰਖਾ ਧਰ ਦਿਆ। ਇਹ ਮਹਾਤਮਾ ਬਿਆਸ ਜੀ ਹੋਏ ਨੇ, ਉਹਨਾਂ ਦੇ ਚੇਲੇ ਜੈਮ ਰਿਖੀ ਸਨ ਤੇ ਜੈਮ ਰਿਖੀ ਨੇ ਪਾਰਸ ਭਾਗ ਦੇ ਵਿੱਚ ਪ੍ਰਮਾਣ ਦਿੱਤਾ ਹੈ ਸਾਧ ਸੰਗਤ ਚ। ਇਹ ਖੋਜਾਂ ਨੇ ਗੁਰੂ ਦੇ ਪਿਆਰੇ, ਜਦੋਂ ਉੱਥੇ ਲੱਗੇ ਨੇ ਚਰਖਾ ਕੱਤਿਆ ਤੇ ਮਾਂ ਨੇ ਸਮਝਿਆ ਅੰਮ੍ਰਿਤ ਵੇਲਾ ਹੋ ਗਿਆ, ਤੇ ਮਾਂ ਨੇ ਸਮਝਿਆ ਵੀ ਅੱਜ ਮੇਰੀ ਦਿਹਾੜ ਦਾ ਲੰਗਰ ਬਣ ਗਿਆ ਸਾਧ ਸੰਗਤ ਚ। ਦਿਨ ਚੜਿਆ, ਉਹ ਜਿਹੜੀ ਸੀ ਨਾ ਅੱਟੀ ਸੂਤਰ ਉਹ ਲਿਆ, ਜਾ ਕੇ ਬਾਜ਼ਾਰ ਚ ਵੇਚਿਆ, ਉਹਦਾ ਧਨ ਲੈ ਕੇ ਰਾਸ਼ਨ ਲੈ ਲਿਆ, ਰਾਸ਼ਨ ਲੈ ਕੇ ਲੰਗਰ ਤਿਆਰ ਕੀਤਾ, ਲੰਗਰ ਤਿਆਰ ਕੇ ਸੰਤਾਂ ਨੂੰ ਛਕਾ ਦਿੱਤਾ ਸਾਧ ਸੰਗਤ ਚ। ਜਦੋਂ ਸੰਤਾਂ ਨੂੰ ਛਕਾ ਦਿੱਤਾ ਨਾ ਤੇ ਸੰਤਾਂ ਨੇ ਲੰਗਰ ਛਕਿਆ, ਤੇ ਹੁਣ ਸਾਰੀ ਰਾਤ ਤੜਫਿਆਂ ਦੀ ਲੰਘੀ ਸਾਧ ਸੰਗਤ ਚ, ਤੜਫਦਿਆਂ ਦੀ ਨਾ ਬਿਰਤੀ ਲੱਗਦੀ ਹੈ ਪਈ, ਨਾ ਸਵਾਦ ਆਉਂਦਾ ਪਿਆ, ਸੰਤਾਂ ਨੂੰ ਬੜਾ ਔਖਾ ਟਾਈਮ ਕੱਢਣਾ ਹੋ ਗਿਆ। ਅਜੇ ਪੂਰਾ ਸੂਰਜ ਦਾ ਪ੍ਰਕਾਸ਼ ਹੀ ਨਾ ਹੋਇਆ ਤੇ ਕਹਿੰਦੇ ਨੇ ਮਾਂ ਚੰਗਾ ਸਤਿ ਸ੍ਰੀ ਅਕਾਲ। ਕਹਿੰਦੀ ਸੰਤ ਜੀ ਅਜੇ ਰਵੋ ਮੇਰੇ ਕੋਲ, ਅਜੇ ਮੇਰਾ ਚਾਹ ਨਹੀਂ ਦਿੱਤਾ, ਮਾਂ ਤੋਂ ਜਲ ਕੀ ਪਿਆਸ ਨਾ ਜਾਏ। ਸੰਤ ਕਹਿੰਦੇ ਨੇ ਮਾਂ ਰਹਿੰਦਾ ਤੇ ਮੈਂ ਜ਼ਰੂਰ, ਪਰ ਤੇਰੀ ਕਿਰਤ 'ਚ ਫਰਕ ਪੈ ਗਿਆ, ਅੱਜ ਰਾਤ ਅਸਾਂ ਬਹੁਤ ਔਖਿਆਂ ਕੱਢੀ, ਨਾਮ ਦੇ ਵਿੱਚ ਭਜਨ 'ਚ ਬਿਰਤੀ ਜੁੜੀ ਨਹੀਂ ਸਾਡੀ। ਕਿ ਨਾ ਸੰਤ ਜੀ, ਮੈਂ ਤੇ ਲੋਕਾਂ ਦੇ ਬਰਤਨ ਮਾਂਝ ਕੇ, ਬਸਤਰ ਸਾਫ ਕਰਕੇ, ਬੋਕਰ ਬੁਹਾਰੀ ਕਰਕੇ, ਆਪਣੀ ਮਿਹਨਤ ਮਜ਼ਦੂਰੀ ਕਰਕੇ ਧਰਮ ਦੀ ਕਿਰਤ ਕਰਨੀ ਆ, ਮੈਂ ਭਾਈ ਸੱਚੀ ਸੁੱਚੀ ਕਿਰਤ ਕਰਨੀ ਆ ਭਾਈ, ਉਹਦਾ ਮੈਂ ਤੁਹਾਨੂੰ ਅਨਪੜ੍ਹ ਛਕਾਨੀ ਆ, ਮੈਂ ਇਹ 'ਚ ਕੋਈ ਬੁਰੀ ਮਿਲਾਵਟ ਨਹੀਂ ਹੋਣ ਦਿੱਤੀ ਸਾਧ ਸੰਗਤ 'ਚ। ਕਹਿੰਦੇ ਨਹੀਂ ਮਾਂ ਹੋ ਗਈ ਹੈ, ਹੋ ਗਈ ਹੈ। ਮਾਂ ਆਖੇ ਨਹੀਂ ਜੀ। ਸੰਤ ਕਹਿੰਦੇ ਨੇ ਮਾਂ ਫਿਰ ਦੱਸ, ਫਿਰ ਕਿਸ ਤਰ੍ਹਾਂ ਕੀ ਕਰਦੀ ਹੈ ਭਾਈ। ਲੱਗੀ ਦੱਸਣ, ਸੰਤ ਜੀ
ਜਿੰਨਾ ਕੁ ਮੇਰੇ ਕੋਲ ਸਟਾਕ ਸੀ ਨਾ ਜਮਾ ਉਹ ਮੈਂ ਤੁਹਾਨੂੰ ਛਕਾ ਦਿੱਤਾ। ਜਦੋਂ ਮੇਰੇ ਕੋਲ ਸਟਾਕ ਮੁੱਕ ਗਿਆ ਨਾ ਤੇ ਮੈਂ ਕੀ ਕੀਤਾ ਵੀ ਮੈਂ ਸੋਚਿਆ ਵੀ ਰਾਤ ਨਾ ਸੂਤਰ ਕੱਤ ਕੇ ਬਾਜ਼ਾਰ ਚ ਵੇਚ ਕੇ ਉਹਦਾ ਅੰਨ ਲੈ ਕੇ ਸੰਤਾਂ ਨੂੰ ਛਕਾ ਦਿਆਂਗੀ। ਉਹ ਸੂਤਰ ਕੱਤਣ ਦੇ ਵਾਸਤੇ ਮੈਂ ਦੀਵਾ ਜਗਾਇਆ, ਉਹ ਤੇਲ ਮੁੱਕ ਗਿਆ। ਮੈਂ ਕਿਹਾ ਵੀ ਹੁਣ ਕਿਸ ਤਰ੍ਹਾਂ ਬਣੇ। ਮੈਂ ਆਪਣੇ ਚਰਖਾ ਕੋਠੇ ਤੇ ਲੈ ਗਈ, ਜਦੋਂ ਕੋਠੇ ਤੇ ਲੱਗੀ ਕੱਤਣ ਥੋੜਾ ਜਿਹਾ ਸੂਤਰ ਕੱਤੇ ਤਾਂ ਚੰਦਰਮਾ ਡੁੱਬ ਗਿਆ। ਮੈਂ ਕਿਹਾ ਹੁਣ ਕੀ ਕਰਾਂ। ਐ ਮਹਾਤਮਾ ਜੀ, ਮੈਂ ਸੋਚਦਿਆਂ ਸੋਚਦਿਆਂ ਨਾ ਐ ਮੇਰੇ ਗੁਆਂਢ ਇੱਕ ਵੇਸ਼ਵਾ ਦਾ ਘਰ ਹੈ, ਉਹਦੇ ਚੁਬਾਰੇ ਦੀ ਲਾਈਟ ਨਾ ਮੇਰੇ ਕੋਠੇ ਤੇ ਪੈਂਦੀ ਸੀ ਪਈ, ਤੇ ਮੈਂ ਉੱਥੇ ਚਰਖਾ ਧਰ ਕੇ ਤੇ ਕੱਤ ਕੇ ਆਪ ਕੱਤ ਕੇ ਤੇ ਜਾ ਕੇ ਬਾਜ਼ਾਰ ਚ ਵੇਚ ਕੇ ਉਹਦਾ ਧਨ ਲੈ ਕੇ ਉਹਦਾ ਰਾਸ਼ਨ ਲੈ ਕੇ ਤੁਹਾਨੂੰ ਸ਼ਿਕਾਇਤ। ਦੱਸੋ ਮੈਂ ਮਾੜਾ ਕਿਹੜਾ ਕੰਮ ਕੀਤਾ। ਕਹਿੰਦੇ ਮਾਂ ਬਸ ਆਹੀ ਗੱਲ ਹੀ ਆ, ਉਹ ਜਿਹੜੀ ਵੇਸ਼ਵਾ ਦੇ ਦੀਵੇ ਦੀ ਲਾਈਟ ਤੇਰੇ ਕੋਠੇ ਤੇ ਪੈਂਦੀ ਰਹੀ ਆ, ਉਹ ਜਿਹੜਾ ਤੂੰ ਸੂਤਰ ਕੱਤਿਆ ਨਾ ਉਹ ਦਾ ਅੰਨ ਛਕਿਆ। ਹਿਸਾਬ ਲਾਇਆ ਜੇ ਤੁਸੀਂ ਆਨੰਦ ਲੈਂਦੇ ਹੋ ਭਗਤੀ ਮਾਰਗ ਦਾ ਸਾਧ ਸੰਗਤ ਚ, ਏਡੀ ਬਰੀਕੀ ਹੈ ਭਗਤੀ ਮਾਰਗ ਗੁਰੂ ਦੇ ਪਿਆਰ। ਇੱਥੇ ਨਹੀਂ, ਸੰਤ ਬਾਬਾ ਜਵਾਹਰ ਸਿੰਘ ਜੀ ਹੋਏ ਨੇ ਸਾਧ ਸੰਗਤ ਚ। ਕਿਸ ਤਰ੍ਹਾਂ ਦੇ ਹੋਏ ਨੇ? ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪਨਵਾਂ ਪਿੰਡ ਸੀ, ਜਦੋਂ ਸਤਿਗੁਰੂ ਰਾਮ ਸਿੰਘ ਸਰਨ ਚ ਗਏ ਨੇ ਸਾਧ ਸੰਗਤ ਚ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਭਜਨ ਦੱਸ ਦਿੱਤਾ, ਦਿੱਤਾ ਨਾ ਨਾਮ, ਤੇ ਸੰਤ ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਇਹ ਕਦੋਂ ਤੇ ਕਿੰਨਾ ਚਿਰ ਜਪਣਾ? ਸਤਿਗੁਰੂ ਰਾਮ ਸਿੰਘ ਕਹਿੰਦੇ ਨੇ ਉਹ ਜਵਾਰ ਸਿੰਘ ਉਹ ਜਿੰਨਾ ਚਿਰ ਇਹ ਸਰੀਰ ਅੱਗ ਦੀ ਭੇਟਾ ਨਹੀਂ ਹੋ ਜਾਂਦਾ ਉਹਨਾਂ ਚ ਜਪੀ ਜਾਣਾ ਸਾਧ ਸੰਗਤ ਚ, ਜਿਹਨੇ ਚੋਂ ਅੱਗ ਦੀ ਭੇਟਾ ਨਹੀਂ ਕਰ ਦਿੰਦੇ ਜਪੀ ਜਾਣਾ ਉਹਨਾਂ ਚਿਰ। ਗੁਰੂ ਕਹਿੰਦਾ ਸੱਤ ਭਜਨ ਚ ਜਪਿਆ ਫਿਰ ਸਾਧ ਸੰਗਤ ਜੀ ਜਪਿਆ, ਜਪ ਕਿੱਥੇ ਅੱਪੜ ਗਿਆ? ਰਾਵੀ ਦਰਿਆ ਤੋਂ ਪਾਰ ਇੱਕ ਘੋਨੇਵਾਲ ਪਿੰਡ ਹੈ, ਉੱਥੇ ਦੀ ਭੈਣ ਵੀ ਆਈ ਸੀ ਸਾਧ ਸੰਗਤ ਚ, ਘੋਨੇਵਾਲ ਪਿੰਡ। ਸੰਤਾਂ ਦਾ ਜਦੋਂ ਚਿਤ ਕਰਨਾ ਪ੍ਰੇਮ ਭੈਣ ਭਰਾਵਾਂ ਦਾ ਪਿਆਰ ਹੁੰਦਾ ਉਸ ਵਿੱਚ। ਇਹਨਾਂ ਨੇ ਆਪਣੇ ਪਿੰਡ ਤੋਂ ਨਾ ਤੁਰਨਾ, ਇਸ਼ਨਾਨ ਕਰਨਾ, ਆਪਣੇ ਕੇਸ ਪਿਛਾ ਸੁੱਟ ਲੈਣੇ, ਜੇ ਚਰਨਾਂ ਚ ਪਵੇ ਪਾ ਲੈਣੇ, ਹੱਥ ਚ ਮਾਲਾ ਫੜ ਲੈਣੀ, ਚਲੋ ਨਾਲੇ ਭੈਣ ਨੂੰ ਮਿਲਣ ਤੇ ਨਾਲੇ ਜਾ ਕੇ ਤੁਰ ਫਿਰ ਲੈਣੇ ਸਾਧ ਸੰਗਤ ਚ, ਤੁਰ ਪੈਣਾ। ਅੱਗੇ ਰਾਵੀ ਦਰਿਆ ਆ ਜਾਣਾ, ਕੋਈ ਪਤਾ ਨਾ ਲੱਗਣਾ ਧਰਤੀ ਤੇ ਜਾਣਾ ਕਿ ਪਾਣੀ ਤੇ ਜਾਣਾ ਪਏ ਸਾਧ ਸੰਗਤ ਚ, ਆਹਦੇ ਭਜਨ ਦੀਆਂ ਕਮਾਈਆਂ ਕਿਵੇਂ ਦਿੰਦੇ। ਜਦੋਂ ਅਗਲੇ ਲੋਕਾਂ ਨੇ ਵੇਖਣਾ ਨਾ ਬਾਬਾ ਕਿੱਥੋਂ ਆ ਗਿਆ ਇਸ ਵੇਲੇ, ਨਾ ਕੋਈ ਇਸ ਵੇਲੇ ਬੇੜੀ ਹੈ ਨਾ ਇਸ ਵੇਲੇ ਕੋਈ ਮਲਾਹ, ਤੇ ਕਿੱਥੋਂ ਆ ਗਿਆ, ਤੁਰ ਜਾਣਾ ਸਾਧ ਸੰਗਤ ਚ। ਕਈ ਵਾਰ ਇਸ ਤਰ੍ਹਾਂ ਹੋਇਆ, ਇੱਕ ਦਿਨ ਗਏ ਤੇ ਭੈਣਾਂ ਦੀ ਭਰਾ ਤੂੰ ਤਾਂ ਹੀ ਤੁਰ ਜਾਣਾ, ਅੱਜ ਰਹੋ ਹਾਂ ਸਾਡੇ ਕੋਲ। ਕਹਿੰਦਾ ਭੈਣ ਕਹਿੰਦਾ ਮੈਂ ਰਹਿਣਾ ਨੀ ਤੁਹਾਡੇ ਕੋਲ। ਇਹ ਕਿਉਂ? ਅਖੇ ਭੈਣ ਮੇਰਾ ਨਾ ਤੁਹਾਡੇ ਬੰਦਗੀ ਕਰਨ ਕਰਕੇ ਨਾ ਆਤਮਾ ਥੋੜੀ ਜਿਹੀ ਨਿਰਮਲ ਹੋ ਗਈ ਹੈ, ਇਸ ਵਾਸਤੇ ਨਾ ਖਾਣਾ ਜਿਹੜਾ ਖਾਂਦੀ ਹੈ ਨਾ ਉਹ ਥੋੜਾ ਜਿਹਾ ਨਾ ਇਹੋ ਜਿਹਾ ਖਾਂਦੀ ਜਿਹੜਾ ਨਾ ਮਤਲਬ ਸੂਖਮ ਸੂਖਮ ਆਹਾਰ ਹੋਵੇ ਸਾਧ ਸੰਗਤ ਚ, ਛੇਤੀ ਹਜਮ ਹੋਣ ਵਾਲਾ ਗੁਰੂ ਦੇ ਪਿਆਰ। ਅਖੇ ਵੀ ਤੁਸੀਂ ਦੱਸੋ, ਮੈਂ ਉਹ ਤਿਆਰ ਕਰ ਲੈਣੀ ਆ। ਕਹਿ ਭਰਾ ਕਹਿੰਦਾ ਸੰਤ ਜਵਾਹਰ ਸਿੰਘ ਕਹਿੰਦੇ ਨੇ ਭੈਣ ਆ ਤੁਹਾਡੇ ਕੋਲ ਮੇਰੇ ਖਰ ਬੱਚੇ ਸਮਝਣ ਕੇ ਨਾ ਸਮਝੋ, ਊਠਣੀ ਜਿਹਨੂੰ ਕਹਿੰਦੇ ਨੇ ਸਾਧ ਸੰਗਤ ਚ, ਸਾਡੇ ਬੋਤੀ ਵੀ ਕਹਿ ਦਿੰਦੇ ਨੇ ਗੁਰੂ ਦੇ ਪਿਆਰ, ਤੁਹਾਡੇ ਊਠਣੀ ਸੋਈ ਏ, ਇਹਦਾ ਦੁੱਧ ਮੈਨੂੰ ਪਿਆਰਿਆ ਕਰ, ਮੈਂ ਰਹਿ ਜਾਂਦਾ ਸਾਧ ਸੰਗਤ ਚ। ਕਹਿੰਦੀ ਮੈਨੂੰ ਮਨਜ਼ੂਰ ਏ, ਪਰ ਇੱਕ ਗੱਲ ਈ, ਇਸ ਊਠਣੀ ਨੂੰ ਬੰਨ ਕੇ ਪੱਠੇ ਪਾਇਓ, ਜੇ ਛੱਡਿਓ ਨਾ ਇਹਨੂੰ, ਬੰਨ ਕੇ ਪੱਠੇ ਪਾਇਓ। ਕਹਿਣਗੇ ਇਸ ਦਿਨ ਕਰਾਂਗੇ। ਸੰਤ ਇੱਕ ਦਿਨ ਰਹੇ, ਦੋ ਦਿਨ ਰਹੇ, ਤਿੰਨ ਦਿਨ ਰਹੇ, ਬਸ ਸਵਾਦ ਬਣਿਆ ਰਿਹਾ ਸਾਧ ਸੰਗਤ ਚ। ਇੱਕ ਦਿਨ ਬੋਤੀ ਖੁੱਲ ਗਈ ਸਾਧ ਸੰਗਤ ਚ, ਉਹਨੇ ਗੁਆਂਢੀਆਂ ਦੇ ਖੇਤ ਜਾ ਕੇ ਨਾ ਦੋ ਚਾਰ ਬੁਰਕ ਮਾਰ ਦਿੱਤੇ। ਜਦੋਂ ਦੋ ਚਾਰ ਬੁਰਕ ਮਾਰੇ ਤੇ ਉਹਨੇ ਉਹਨਾਂ ਬੋਤੀ ਫੜ ਕੇ ਬੰਨ ਲਈ, ਬੋਤੀ ਫੜ ਕੇ ਬੰਨ ਗਈ, ਉਹਦਾ ਧਾਰ ਕੱਢੀ, ਸੰਤਾਂ ਨੂੰ ਦੁੱਧ ਛਕਾਇਆ ਤੇ ਸਾਰੇ ਆਸਨ ਤੜਫਦੇ ਰਹੇ ਸਾਧ ਸੰਗਤ। ਦਿਨ ਚੜ੍ਹਦਿਨ ਕਹਿੰਦੇ ਭੈਣ ਸਤਿ ਸ੍ਰੀ ਅਕਾਲ, ਅਸੀਂ ਵੀ ਰਹੋ ਸਾਡੇ ਕੋਲ, ਅਸੀਂ ਨੀ ਭੈਣ ਰਹਿਣਾ ਤੁਹਾਡੇ ਕੋਲ। ਅਸੀਂ ਕਿਉਂ? ਅਸੀਂ ਤੁਹਾਡੀ ਕਮਾਈ ਚ ਫਰਕ ਪੈ ਗਿਆ। ਨਾ ਵੀਰ, ਜਿਵੇਂ ਤੂੰ ਆਖਿਆ ਉਸ ਤਰ੍ਹਾਂ ਕੀਤਾ। ਭੈਣ ਕਹਿੰਦਾ ਭੈਣ ਨਹੀਂ, ਸਜਣੋ ਭਾਂਡਾ ਠੀਕ ਹੋਵੇ, ਇੱਕ ਡੰਗ ਦਾ ਖਾ ਕੇ ਭਜਨੀਕ ਬੰਦਾ ਦੱਸਦਾ ਇਹਦੀ ਕਮਾਈ ਕਿਸ ਤਰ੍ਹਾਂ ਦੀ। ਸਾਧ ਸੰਗਤ ਚ ਭਾਂਡਾ ਠੀਕ ਚਾਹੀਦਾ ਗੁਰੂ ਦੇ ਪਿਆਰ, ਅੰਦਰ ਕੁਛ ਹੋਵੇ ਉਦੋਂ ਦੱਸਦੇ ਕਿ ਇਹਦੀ ਕਮਾਈ ਕਿਸ ਤਰ੍ਹਾਂ ਦੀ ਗੁਰੂ ਦੇ ਪਿਆਰ, ਇਹਦਾ ਅਸਰ ਇੰਨਾ ਸਰੀਰ ਤੇ ਪੈਂਦਾ ਜਾ ਕੇ। ਸਾਧ ਸੰਗਤ ਕਹਿੰਦਾ ਭੈਣ ਤੇਰੀ ਕਮਾਈ ਚ ਫਰਕ ਪੈ ਗਿਆ। ਕਹਿੰਦੀ ਨਹੀਂ ਵੀਰ, ਭੈਣ ਤੈਨੂੰ ਜਦੋਂ ਮੈਂ ਜੋ ਕਹਿੰਦਾ ਆਪਾਂ ਫਰਕ ਪੈ ਗਿਆ, ਤੁਸਾਂ ਮੇਰਾ ਬਚਨ ਨਹੀਂ ਮੰਨਿਆ, ਐਵੇਂ ਭਰਾ ਤੂੰ ਤਾਂ ਜ਼ਬਰਦਸਤ ਕਰੀ ਜਾਂਦਾ। ਕਹਿੰਦੇ ਪੁੱਛ ਆਪਣੇ ਆਪਣੇ ਮੁੰਡਿਆਂ ਨੂੰ, ਪੁੱਛ ਆਪਣੇ ਨੂੰ, ਬੁਲਾਇਆ ਮੁੰਡਿਆਂ ਨੂੰ। ਜਦੋਂ ਪੁੱਛਿਆ ਤਾਂ ਕਹਿੰਦੇ ਪੁੱਤ ਤੁਹਾਨੂੰ ਮੈਂ ਆਖਿਆ ਸੀ ਗੋਤੀ ਨੂੰ ਬੰਨ ਕੇ ਪੱਠੇ ਪਾਇਓ ਜੇ। ਕਹਿੰਦੇ ਨੇ ਮਾਂ ਜੀ ਅਸਾਂ ਯਤਨ ਤੇ ਬੜਾ ਕੀਤਾ, ਕੱਲ੍ਹ ਨਾ ਗੋਤੀ ਖੁੱਲ ਗਈ ਸੀ। ਉਹਨੇ ਨਾ ਨਾਲ ਦੇ ਗੁਆਂਢੀਆਂ ਜਾ ਕੇ ਨਾ ਪੰਜ ਚਾਰ ਬੁਰਕ ਮਾਰ ਦਿੱਤੇ ਸਨ, ਉਦੋਂ ਉਹਦੀ ਬੰਨ ਹੀ ਸਨ। ਜਦੋਂ ਮਾਤਾ ਨੇ ਸੁਣਿਆ ਨਾ, ਸੰਤ ਕਹਿੰਦੇ ਸੁਣਾ ਭੈਣ ਤੇ ਸੱਜਣ ਬੰਦਗੀ ਦਾ ਐਵੇਂ ਤੇ ਨਹੀਂ ਨਾ ਲੜਨ ਹੁੰਦਾ ਸਾਧ ਸੰਗਤ ਚ, ਤੁਸੀਂ ਸਵਾਦ ਤੇ ਕਰਦੇ ਹੋ ਬੰਦਗੀ ਦਾ ਸਵਾਦ ਨਹੀਂ ਹੁੰਦਾ। ਆਪਾਂ ਵੇਖੀ ਤੁਸੀਂ ਅਸੀਂ ਕੀ ਕਰਦੇ ਸਾਧ ਸੰਗਤ ਚ, ਸਾਰੀ ਦਿਹਾੜੀ ਚਮਕਦਾਰ ਚੀਜ਼ਾਂ ਵੇਖਣੀਆਂ, ਚਮਕਦਾਰ ਖਾਣੀਆਂ, ਚਮਕਦਾਰ ਕਰਨੀਆਂ, ਮਨ ਨੂੰ ਖੁਰਾਕ ਦਿੰਦੇ ਹਾਂ ਪੇ ਸਾਧ ਸੰਗਤ ਚ।
ਇਸ ਮਨ ਨੂੰ ਤੇ ਬੱਕਰੇ ਵਾਂਗ ਪਾਲਣ ਡਏ ਆ, ਇਹਨੂੰ ਕੰਟਰੋਲ ਕਰਨ ਡਏ ਉਹ ਸਾਧ ਸੰਗਤ ਚ। ਗੱਲ ਬਣਨੀ ਇਸ ਤਰ੍ਹਾਂ ਗੁਰੂ ਦੇ ਪਿਆਰੇ, ਮੈਂ ਅਰਜ ਕਰਦਾ ਸੀ ਪਿਆ ਆਪ ਸੱਜਣਾ ਦੇ ਚਰਨ ਵਿੱਚ ਪਿਆ, ਰਾਜਾ ਹਰੀ ਚੰਦ ਉਹਦੀ ਕਮਾਈ ਕਰਦਾ ਪਿਆ, ਉਹਦੀ ਕਿਰਤ ਕਰਦਾ ਪਿਆ। ਸੰਤ ਕਹਿੰਦੇ ਨੇ ਮਾਂ ਉਹ ਜਿਹੜਾ ਤੂੰ ਵੇਸ਼ਵਾ ਦੀ ਦੀਵੇ ਦੀ ਰੋਸ਼ਨੀ ਦੇ ਵਿੱਚ ਤੂੰ ਚਰਖਾ ਕੱਤਿਆ, ਉਹ ਚਰਖਾ ਕੱਤ ਕੇ ਤੂੰ ਸੂਤਰ ਤਿਆਰ ਕੀਤਾ, ਉਹ ਸੂਤਰ ਵੇਚ ਕੇ ਤੂੰ ਧਨ ਲਿਆ, ਉਹ ਧਨ ਦੇਖ ਜਿਹੜਾ ਤੂੰ ਅੰਨ ਲਿਆਂਦਾ ਨਾ, ਉਹ ਅੰਨ ਸਾਨੂੰ ਖਵਾਇਆ ਤੂੰ, ਬਸ ਉਹਦੇ ਕਾਰਨ ਅਸੀਂ ਚੱਲਿਆ ਤੇਰੇ ਕੋਲ ਸਾਧ ਸੰਗਤ ਚ। ਤੇਰੀ ਕਮਾਈ ਚ ਫਰਕ ਪੈ ਗਿਆ ਗੁਰੂ ਦੇ ਪਿਆਰ, ਮਾਤਾ ਚਰਨ ਦੇ ਚੋਗੀ ਸਾਧ ਸੰਗਤ ਚ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਬ੍ਰਾਹਮਣ ਕੈਲੀ ਘਾਤ ਕੰਜਕਾ ਅਨਚਾਰੀ ਕਾ ਤਾਣ ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ ਪਾਹੇ ਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਾਧ ਸੰਗਤ ਚ। ਗੁਰਬਾਣੀ ਦਾ ਪ੍ਰਮਾਣ ਹੈ ਗੁਰੂ ਦੇ ਪਿਆਰੇ। ਕਹਿੰਦੇ ਨੇ ਬ੍ਰਾਹਮਣ ਜਿਹੜਾ ਬ੍ਰਾਹਮਣ ਨੂੰ ਮਾਰਨ ਵਾਲਾ ਸਾਧ ਸੰਗਤ ਚ, ਉਹਦੇ ਘਰ ਦਾ ਖਾਧਾ ਕੈਲੀ ਗਊ ਦੇ ਮਾਰਨ ਵਾਲਾ ਸਾਧ ਸੰਗਤ ਚ ਜਿਹੜਾ ਉਹਦਾ ਧਾਣ ਖਾਂਦਾ ਹੈ। ਖਿਮਾ ਰੱਖਿਓ ਜੇ ਤੁਹਾਡੇ ਮੁਲਕ ਹੈ ਤੇ ਪਰਮਾਸਰ ਪਰਮੇਸ਼ ਦਾ ਮਤਲਬ ਹੀ ਕੋਈ ਨਹੀਂ ਸਾਧ ਸੰਗਤ ਚ, ਇਸ ਸਵਾਲ ਹੀ ਨਹੀਂ ਪੈਦਾ ਹੁੰਦਾ। ਗੌਰਮੈਂਟ ਦੀ ਕਮਾਈ ਖਾਂਦੇ ਹਾਂ, ਭਗਤੀ ਮਾਰਗ ਦੇ ਨਾਂ ਨਾਲ ਇੱਥੇ ਗੁਰੂ ਦੇ ਬਹੁਤ ਦੂਰ ਆਪਣੇ ਆਪਾਂ ਸਰ। ਜਿਹੜਾ ਗਊ ਦਾ ਖਾ ਮਾਰਨ ਵਾਲਾ ਉਹਦਾ ਖਾਧਾ, ਕੰਜਕਾ ਕੰਨਿਆ ਦਾ ਮਾਰਨ ਵਾਲਾ ਸਾਧ ਸੰਗਤ ਚ। ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀਤੀ ਸੀ ਕਿਰਪਾ ਤੇ ਅਸਾਂ ਹੋਰ ਢੰਗ ਅਪਣਾ ਲਿਆ ਸਾਧ ਸੰਗਤ ਚ, ਉਦੋਂ ਜੰਮਦੀਆਂ ਮਾਰਦੇ ਸਾਂ, ਹੁਣ ਗਰਭ ਚ ਮਾਰ ਛੱਡਦੇ ਸਾਧ ਸੰਗਤ ਚ। ਜਿੱਥੋਂ ਪਾਕ ਤੇ ਦੱਸੋ ਮੈਨੂੰ ਕੋਈ ਸਵਾਦ ਇਸ ਗੱਲ ਦੇ, ਉਹਦੇ ਘਰ ਦਾ ਖਾਧਾ। ਜਿਹਦਾ ਆਚਾਰ ਨਹੀਂ ਚੰਗਾ ਉਹਦੇ ਘਰ ਦਾ ਖਾਧਾ ਕਦੇ ਬਿਰਤੀ ਨਾ ਲੱਗੇਗੀ ਸਾਧ ਸੰਗਤ ਚ, ਜਾਂ ਗੁਰਬਾਣੀ ਝੂਠੀ ਹੋ ਜਾਏਗੀ ਗੁਰੂ ਦੇ ਪਿਆਰ। ਗੱਲਾਂ ਤੇ ਗੱਲਾਂ ਕਰਨ ਸੁਣ ਧਿਆਨ ਦੇਣ ਨੂੰ ਗੱਲਾਂ ਸਾਧ ਸੰਗਤ, ਐਵੇਂ ਨਹੀਂ ਗੱਲਾਂ ਬਣਦੀਆਂ ਗੁਰੂ ਦੇ ਪਿਆਰ। ਇਹ ਗੁਰਬਾਣੀ ਆ ਪੜ੍ਹੋ 12 ਤੋਂ ਵਧੀਕ ਜਾ ਕੇ ਸਾਧ ਸੰਗਤ ਚ, ਪਤਾ ਲੱਗ ਜਾਏਗਾ ਇਸ ਗੱਲ ਦਾ। ਇਸ ਵਾਸਤੇ ਲੋਕਾਂ ਨੇ ਇਹ ਢੰਗ ਬਣਾ ਲਿਆ ਗਰਭਪਾਤ ਦਾ ਸਾਧ ਸੰਗਤ ਚ, ਇਹਨੂੰ ਤੁਸੀਂ ਪੁੰਨ ਨਾ ਸਮਝੋ ਜੇ ਸਾਧ ਸੰਗਤ ਚ, ਜਿਹਨੂੰ ਅਸਾਂ ਆਪਣਾ ਮਨੋਰੰਜਨ ਬਣਾਇਆ, ਆਪਣਾ ਮਨੋਰੰਜਨ ਹੈ ਸਾਡਾ ਸਾਧ ਸੰਗਤ ਚ। ਔਰ ਇਹ ਵੀ ਮੈਂ ਤੁਹਾਨੂੰ ਦੱਸਾਂ, ਸ਼ਾਸਤਰ ਨੇ ਵੀ ਆਖ ਦਿੱਤਾ, ਸ਼ਾਸਤਰ ਕਹਿੰਦਾ 100 ਗਊ ਮਾਰੀਏ ਇੱਕ ਸਾਧ ਮਾਰੀਏ ਤੇ ਇੱਕ ਬਰਾਬਰ ਪਾਪ ਹੈ, 100 ਸਾਧ ਮਾਰੀਏ ਤੇ ਇੱਕ ਗਰਭਪਾਤ ਕਰਦੇ ਇੱਕ ਬਰਾਬਰ ਪਾਪ ਹੈ ਸਾਧ ਸੰਗਤ। ਸ਼ਾਸਤਰ ਨੇ ਵੀ ਦੱਸਤਾ ਜੀ ਗੁਰੂ ਦੇ ਪਿਆਰੇ, ਐਵੇਂ ਨਹੀਂ ਗੱਲਾਂ ਸਾਧ, ਜਿਹੜਾ ਸਾਡਾ ਮਨੋਰੰਜਨ ਬਣ ਚੁੱਕਿਆ ਜੀ ਗੁਰੂ ਦੇ ਗੱਲਾਂ ਚਿੱਤ ਕਰਦਾ ਕਰੀਏ, ਫਿਰ ਆਖੀਦਾ ਵੀ ਹੁਣ ਸਮੇਂ ਦੇ ਅਨੁਸਾਰ ਹਾਸੋ ਹੋਣੀਆਂ ਗੱਲਾਂ ਬਣ ਚੁੱਕੀਆਂ ਨੇ ਸਾਧ ਸੰਗਤ, ਪਰ ਆਖੀਦਾ ਕੀ ਪਤਾ ਕਿਹਦਾ ਭਲਾ ਹੋ ਜਾਣਾ ਸਾਧ ਸੰਗਤ ਚ। ਇਸ ਵਾਸਤੇ ਗੱਲ ਕਰਨੀ ਵੀ ਪੈਂਦੀ ਹੈ ਫਿਰ ਗੁਰੂ ਦੇ ਪਿਆਰੇ, ਭਗਤੀ ਮਾਰਗ ਤੇ ਨਾਚ ਨਾ ਲਿਆ ਕਰੋ ਤੁਸੀਂ ਸਾਧ ਸੰਗਤ ਚ। ਆਹ ਜਿਹੜਾ ਬਿਰਤੀ ਲਾਉਂਦੇ ਹੋ ਨਾ, ਇਹਦਾ ਤਾਂ ਸੱਚ ਸਵਾਲ ਹੀ ਨਹੀਂ ਪੈਦਾ ਹੁੰਦਾ, ਜੇ ਤਾਂ ਸਵਾਲ ਪੈਦਾ ਤੇ ਇਹਨਾਂ ਤੇ ਕੰਟਰੋਲ ਕਰਨਾ ਪਏਗਾ ਕੁਛ ਨਾ ਕੁਛ। ਬੀਜਾ ਬਿਖ ਤੇ ਮੰਗਿਆ ਅੰਮ੍ਰਿਤ ਤੇ ਗੱਲ ਦੋ ਬਣਨੀਆਂ ਨੀ ਗੁਰੂ ਦੇ ਪਿਆਰ। ਇਸ ਵਾਸਤੇ ਰਾਜਾ ਹਰੀਚੰਦ ਸੂਰੀਆਂ ਚਾਰਦਾ ਪਿਆ, ਸ਼ਮਸ਼ਾਨ ਭੂਮੀ ਦੀ ਸੇਵਾ ਕਰਦਾ ਪਿਆ, ਜੋ ਹੁੰਦਾ ਪਿਆ ਉਹ ਆਪਣੇ ਮਾਲਕ ਕੇ ਧਰ ਦਿੰਦਾ, ਪਰ ਉਹਦਾ ਖਾਂਦਾ ਨਹੀਂ ਸਾਧ ਸੰਗਤ ਜੀ। ਕਿਉਂ? ਕਿਤੇ ਮੇਰਾ ਭਜਨ ਬੰਦਗੀ ਦੇ ਵਿੱਚ ਵਿਗੜ ਨਾ ਪੈ ਜਾਵੇ, ਰਸ ਬਿਰਸ ਨਾ ਕਿਤੇ ਹੋ ਜਾਵੇ। ਕਾਲੀਏ ਸੇ ਲੈ ਕੇ ਹਮ ਜੋ ਖਾਏ ਹੈ, ਜੋ ਇਸ ਕਾਲੀਏ ਚੰਡਾਲ ਦੇ ਕੋਲ ਲੈ ਕੇ ਖਾ ਲਿਆ, ਭਗਤੀ ਭਜਨ ਰਹਿਣ ਦਿਨ ਕਰਤੇ। ਬਸ ਆਪਣੇ ਉਹਦਾ ਸੇਵਾ ਕਰਦਾ ਪਿਆ, ਦਿਨ ਰਾਤ ਆਪਣੀ ਭਗਤੀ ਚ ਮਗਨ ਹੈ ਗੁਰੂ ਦੇ ਪਿਆਰੇ। ਹੋ ਸਰਬ ਸੰਤੋਖ ਮੋਖ ਆਸ ਤਰਤੇ। ਮੈਂ ਅਰਜ ਕਰਦੀ ਤੇ ਤੁਹਾਨੂੰ ਭਾਵੇਂ ਤੁਸੀਂ ਕਰੋੜਾਂ ਰੁਪਈਏ ਇਕੱਠੇ ਕਰ ਲਓ, ਬਗੈਰ ਧਰਮ ਦੀ ਕਮਾਈ ਤੋਂ ਕਦੇ ਸਬਰ ਤੇ ਸੰਤੋਖ ਨਹੀਂ ਆਵੇਗਾ ਸਾਧ ਸੰਗਤ ਚ। ਇਹ ਤੱਤ ਜੇ ਗੁਰੂ ਦੇ ਪਿਆਰੇ। ਇੰਨੇ ਚ ਰਾਜਾ ਰਾਜ ਛੱਡਿਆ, ਸੁਖ ਛੱਡੇ ਨੇ, ਨੌਕਰ ਛੱਡੇ ਨੇ, ਮਾਇਕੀ ਪਦਾਰਥ ਛੱਡੇ ਨੇ, ਪਰ ਅਜੇ ਵੀ ਸਬਰ ਸੰਤੋਖ ਹੈ ਸਾਧ ਸੰਗਤ ਚ। ਇਹਨਾਂ ਕੋ ਛੱਡ ਕੇ ਵੀ ਸਬਰ ਸੰਤੋਖ ਹੈ ਗੁਰੂ ਦੇ ਪਿਆਰੇ, ਛੋਟੀ ਗੱਲ ਜੀ ਕਿਤੇ ਗੁਰੂ ਦੇ ਪਿਆਰੇ। ਸਾਰਾ ਛੱਡ ਦੇਣਾ, ਪਸ਼ੂਆਂ ਵਾਂਗ ਜਾ ਕੇ ਮੰਡੀ ਚ ਵੇਖ ਜਾਣਾ ਜਾ ਕੇ, ਅਜੇ ਵੀ ਅੰਦਰ ਸਬਰ ਹੈ ਸਾਧ ਸੰਗਤ। ਸਬਰ ਕੀ ਹੈ? ਆਪਣੀ ਕਮਾਈ ਹੈ ਸਾਧ ਸੰਗਤ ਚ, ਉਸ ਕਮਾਈ ਨੂੰ ਖਾਂਦਾ, ਉਹਦੇ ਨਾਲ ਸਬਰ ਤੇ ਸੰਤੋਖ ਹੈ। ਬਰਤ ਨਿਰਹਾਰ ਰਾਖ ਹੈ, ਉਹ ਜਿਹੜਾ ਆਪਣਾ ਕਰਮ ਧਰਮ ਸੀ ਉਸ ਸਮੇਂ ਦੇ ਅਨੁਸਾਰ ਉਸ ਵਰਤ ਦੀ ਪੂਜਾ ਕਰਦਾ ਪਿਆ, ਉਸ ਵਰਤ ਦੀ ਆਪਣੇ ਕਰਮ ਧਰਮ ਦੀ ਪਾਲਣਾ ਕਰਦਾ ਪਿਆ। ਸਾਵਧਾਨ ਮੰਤਰ ਰਥ ਪ੍ਰੇਮ ਪਾਖ ਹੈ, ਜੋ ਵੀ ਉਸ ਅਕਾਲ ਪੁਰਖ ਦੇ ਸਮੇਂ ਦੇ ਅਨੁਸਾਰ ਉਸ ਸਮੇਂ ਦੀ ਮਰਿਆਦਾ ਹੈ, ਉਸ ਸਮੇਂ ਦੇ ਮੰਤਰ ਹਨ, ਉਹਨਾਂ ਦੀ ਐਨ ਪੂਰੀ ਮਰਿਆਦਾ ਨਾਲ ਕਰਦਾ ਪਿਆ। ਇਹਨੂੰ ਕੀ ਪ੍ਰੀਖਿਆ ਕਰਨ ਹੇਤ ਹੈ, ਪਰ ਗ੍ਰੰਥਾਕਾਰ ਕਹਿੰਦੇ ਨੇ ਵਿਸ਼ਵਾਮਿਤਰ ਅਜੇ ਵੀ ਪ੍ਰਸੰਨ ਨਾ ਹੋਇਆ ਸਾਧ ਸੰਗਤ ਚ, ਇੰਦਰ ਦੇਵਤਾ ਅਜੇ ਵੀ ਪ੍ਰਸੰਨ ਨਹੀਂ ਹੋਇਆ ਗੁਰੂ ਦੇ ਪਿਆਰੇ। ਹੁਣ ਇੰਦਰ ਦੇਵਤੇ ਨੇ ਕੀ ਵਿਉਂਤ ਬਣਾਈ? ਵਿਸ਼ਵਾਮਿਤਰ ਨੂੰ ਆਖਿਆ, ਵਿਸ਼ਵਾਮਿਤਰ ਇਹਨੂੰ ਡਿੱਗਣਾ ਧਰਮ ਤੋਂ ਸਾਧ ਸੰਗਤ ਚ, ਇਹਦਾ ਧਰਮ ਨਾਸ ਕਰਨਾ ਗੁਰੂ ਦੇ ਪਿਆਰੇ। ਕਿਉਂ? ਜੇ ਧਰਮ ਨਾਸ ਨਾ ਕੀਤਾ ਇਹਨੇ ਮੇਰੀ ਪਦਵੀ ਪ੍ਰਾਪਤ ਕਰ ਲੈਣੀ, ਜਿੱਥੇ ਆਹ ਸਾਡੇ ਝਗੜੇ ਚੱਲਦੇ ਨੇ ਪਏ ਸਾਧ ਸੰਗਤ ਚ। ਗੁਰਦੁਆਰੇ
ਉਹ ਨਰਕ ਬਣਾ ਦਿੰਦੇ ਆ ਸਾਧ ਸੰਗਤ ਚ, ਨਰਕ ਬਣਾ ਦਿੰਦੇ ਗੁਰੂ ਕਾਹਦੇ ਪਿੱਛੇ, ਆ ਮੈਨੂੰ ਪ੍ਰਧਾਨਗੀ ਚਾਹੀਦੀ ਸੀ, ਮੈਨੂੰ ਸਖ਼ਤ ਟੁਕੜਾ ਚਾਹੀਦਾ, ਮੈਨੂੰ ਵੀ ਚਾਹੀਦਾ ਸੀ ਸਾਧ ਸੰਗਤ ਚ, ਨਰਕ ਬਣ ਜਾਂਦੇ ਨੇ ਗੁਰੂ ਦੇ। ਇੱਕ ਗੱਲਾਂ ਨੇ ਕੋਈ ਸਾਧ ਸੰਗਤ ਜੀ, ਸੇਵ ਕਰਨ ਦੀ ਸੇਵਾ ਹੈ, ਕਰੋ ਰੱਜ ਕੇ ਸੇਵਾ, ਲੋਕ ਤੇ ਪੁਰ ਸਫਲ ਕਰੇਗੀ, ਪਰ ਇਹਨਾਂ ਗੱਲਾਂ ਦੇ ਵਿੱਚ ਆ ਕੇ ਸਾਰਾ ਕੁਛ ਨਾਸ਼ ਕਰ ਦੇਣਾ ਸਾਧ ਸੰਗਤ ਚ। ਇਸ ਵਾਸਤੇ ਰਾਜਾ ਇੰਦਰ ਦੇਵਤਾ ਇਸ ਵਿਸ਼ਵਾਮਿਤਰ ਨੂੰ ਕਹਿੰਦਾ ਪਿਆ, ਕਿਸੇ ਵੀ ਢੰਗ ਦੇ ਨਾਲ ਇਹਦੀ ਆਪਾਂ ਨੇ ਧਰਮ ਦਾ ਨਾਸ਼ ਕਰਨਾ ਹੈ। ਹੁਣ ਸੱਜਣੋ, ਜਦੋਂ ਵਿਸ਼ਵਾਮਿਤਰ ਨੂੰ ਇਹ ਗੱਲ ਆਖੀ ਤੇ ਵਿਸ਼ਵਾਮਿਤਰ ਹੁਣ ਆਪਣਾ ਲੱਗਾ ਹੋਰ ਢੰਗ ਕਰਨ। ਈਸ਼ਵਰ ਨੇ ਵਰਤਾਈ ਐਸੀ ਨੀਤ ਹੈ, ਐਸੀ ਉਸ ਈਸ਼ਵਰ ਨੇ ਉਸ ਭਗਵਾਨ ਨੇ ਆਪਣੀ ਨੀਤ ਆਪਣੀ ਕੁਦਰਤ ਵਰਤਾਈ। ਰੋਹਤਾਸ ਬਾਗ ਵਿੱਚ ਜੋ ਪਧਾਰਿਓ, ਉਸ ਬ੍ਰਹਮਚਾਰੀ ਦੇ ਡੇਰੇ ਦੀ ਸੇਵਾ ਕਰਨ ਦੇ ਵਾਸਤੇ ਇਹ ਜਿਹੜੀ ਸਿਤਾਰਾ ਰਾਣੀ, ਇੱਕ ਬਗੀਚਾ ਸੀ ਫੁੱਲਾਂ ਦਾ, ਉਹ ਆਪ ਫੁੱਲ ਤੋੜਨ ਲੱਗ ਪਈ, ਆਪਣੇ ਪੁੱਤਰ ਰੋਹਤਾਸ ਨੂੰ ਫੁੱਲਾਂ ਦੇ ਬਗੀਚੇ ਦੇ ਬੰਨੇ ਤੇ ਬਿਠਾ ਦਿੱਤਾ। ਹੁਣ ਵਿਸ਼ਵਾਮਿਤਰ ਤਛਕ ਦਾ ਨਾਗ ਬਣ ਕੇ ਤੈਨੂੰ ਕਿਵੇਂ ਡੰਗੇਗਾ ਸਾਧ ਸੰਗਤ ਚ? ਆਪ ਅੱਗੇ ਪ੍ਰਮਾਣ ਸਰਵਣ ਕਰੋਗੇ, ਕਿਸ ਤਰ੍ਹਾਂ ਹੁਣ ਇਹ ਅੱਗੋਂ ਇਹਨਾਂ ਦਾ ਸੰਵਾਦ ਹੋਵੇਗਾ, ਉਹ ਜਿਸ ਤਰ੍ਹਾਂ ਗ੍ਰੰਥਕਾਰ ਜੀ ਬਿਆਨ ਕਰਨਗੇ, ਆਪ ਅੱਗੇ ਸਰਵਣ ਕਰੋਗੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਆਈ ਸਾਸ ਨੂੰ ਜੀਆਂ ਆਖਦਾ, ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ। ਹੇ ਅਚੁਤ ਹੇ ਪਾਰ ਬ੍ਰਹਮ ਅਬਨਾਸੀ ਅਗਨਾ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਬਿਬੇ, ਅਪਰਮ ਪਰ ਹਰ ਹਰੇ ਹੋਵਨ, ਸੰਤਾਂ ਕੈ ਸਦਾ ਸੰਗ ਨਿਧਾਰਾਇਆ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਆ ਪਰੋ, ਯਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾ, ਹੁਣ ਦੁਆ ਦਾਸ ਗੁਰਿੰਦ ਕੋ ਮੇਰੀ ਹੈ ਪਰ।